ਤਾਰਾ ਸਿੰਘ ਜਿਹੜਾ ਇਹ ਘੋੜੇ ਦੇ ਉੱਤੇ ਕਿਤੇ ਕਿਸੇ ਕਿਤੇ ਆਪਣੇ ਕੰਮ ਗਿਆ ਸੀ ਤੇ ਉਰਲਿਆ ਠੱਠਾ ਪਿੰਡ ਦੇ ਨਾਲ ਉਹਨਾਂ ਜ਼ਿਮੀਂਦਾਰਾਂ ਨੇ ਉਹਨੂੰ ਤਾਰਾ ਸਿੰਘ ਨੂੰ ਡੱਕ ਲਿਆ ਉੱਥੇ ਵੀ ਸਰਦਾਰ ਜੀ ਅਗਾਂ ਨਹੀਂ ਜਾ ਜਸਾ ਪਿਆ ਉਹਦੇ ਜਿਹੜੇ ਤਾਰਾ ਸਿੰਘ ਦੇ ਜੀ ਸਨ ਘਰ ਦੇ ਵਿੱਚ ਖੂਹੀ ਇਹ ਫਿਰ ਜਿਹੜੇ ਇਹਦੇ ਜੀ ਸਨ ਮਗਰ ਘਰ ਔਰਤ ਧੀਆਂ ਪੁੱਤਰ ਪੋਤਰੇ ਉਹ ਖੂਹੀ ਦੇ ਵਿੱਚ ਉੱਤੋਂ ਐਸਾ ਜਿਵੇਂ ਕੰਧ ਉੱਤੋਂ ਵਿੱਚ ਛਾਲ ਮਾਰੀ ਜਾਵੇ ਵੀ ਸਾਨੂੰ ਤੇ ਇਹਨਾਂ ਵੱਢ ਛੱਡਣਾ ਤੇ ਸਾੜ ਛੱਡਣਾ ਤੇ ਮਾਰ ਛੱਡਣਾ ਤੇ ਅਸੀਂ ਆਪਣੀ ਮੌਤ ਨਹੀਂ ਮਰਦੇ ਆਪਣੀ ਇੱਜ਼ਤ ਖਾਤਰ ਆਪਣੀ ਇੱਜ਼ਤ ਖਾਤਰ ਉਹ ਵਿਚਾਰੀਆਂ ਉੱਥੇ ਮਰ ਗਈਆਂ ਸਾਰੀ ਮੰਗਲ ਸਿੰਘ ਤੇ ਸੇਵਾ ਸਿੰਘ ਉਹ ਵੀ ਚੀਮੇ ਸਨ ਇਹ ਚਾਚੇ ਤਾਏ ਦੇ ਹਨ ਤਿੰਨੇ ਭਰਾ ਤੇ ਬਿਸ਼ਨ ਸਿੰਘ ਦਾ ਪੁੱਤਰ ਸੀ ਧਰਮ ਸਿੰਘ ਅੱਛਾ ਉਹ ਜਦੋਂ ਇੱਥੋਂ ਗਏ ਨੇ ਧਰਮ ਸਿੰਘ ਆਪਣੀ ਜਵਾਨੀ 'ਚ ਪੂਰਾ ਕਾਇਮ ਦਹਿਮ ਸੀ ਬਿਸ਼ਨ ਸਿੰਘ ਜਿਹੜਾ ਉਹ ਥੋੜ੍ਹਾ ਜਿਹਾ ਹੁਣ ਉਮਰ ਖਾ ਗਿਆ ਸੀ ਅਤੇ ਇੱਥੋਂ ਮਤਲਬ ਰਵਾਨਾ ਹੋਏ ਜਦੋਂ ਇੱਥੇ ਅੱਗਾਂ ਛੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ ਚਾਰ ਚੁਫੇਰੇ ਵਾਢੇ ਘਾਟੇ ਹੋਣੇ ਸ਼ੁਰੂ ਹੋ ਗਏ ਫਿਰ ਡੱਲੇ ਕੀ ਅੱਗ ਲੱਗ ਗਏ ਤਾਰਾ ਸਿੰਘ ਦਾ ਜਲਦਾਰ ਦਾ ਪਿੰਡ ਸੀ ਉਹ ਵੀ ਤੇ ਪਰਲੇ ਵਾਲੇ ਬੁੱਢੇ ਘਰਾਈਏ ਮੈਂ ਵਿੱਚ ਉਹਦੀ ਸਰਫਰਾਜ ਕੇ ਗੋਲਡ ਵਾਲ ਕੇ ਉਹ ਵੀ ਜ਼ਿਆਦਾਤਰ ਸਰਦਾਰ ਪਰਲੇ ਵੀ ਸ਼ਰੀਕਾ ਹੁੰਦਾ ਉਦੋਂ ਦੀ ਇੱਕੋ ਜਿਹੀਆਂ ਪਾਰਟੀਆਂ ਗੋਲਡ ਵਾਲ ਜਸਾ ਲੈ ਕੇ ਮਤਲਬ ਵੀ ਕੁਛ ਸੌ 150 ਬੰਦੇ ਦਾ ਤੇ ਉਹਨੇ ਪਿੰਡਾਂ ਦੇ ਵਿੱਚ ਫਿਰਨਾ ਮਤਲਬ ਲੁੱਟਮਾਰ ਕਰਨੀ ਕੋਠੇ ਸਾੜ ਛੜ ਕੁਝ ਕਰ ਸਕ ਜੋ ਤੇ ਵਿਚਾਰਾ ਇੱਕ ਤੁਰ ਗਿਆ ਪਰਦੇਸੀ ਹੋ ਗਿਆ ਉਹਨਾਂ ਦੇ ਮਗਰੋਂ ਪਏ ਵੀ ਸਾੜੀਏ ਤਾਂ ਫਾਇਦਾ ਕੀ ਹੈ ਕੋਈ ਹੈ ਫਾਇਦਾ ਉਹਦਾ ਭਾਵੇਂ ਕਿਸ ਵੀ ਮਜ਼ਬ ਲੈ ਵਧਾਵਾ ਸਿੰਘ ਜੱਟ ਕਮਾਨ ਅੱਛਾ ਜੈਮਲ ਸਿੰਘ ਤੇ ਸੰਤ ਸਿੰਘ ਉਹਦੇ ਪੁੱਤਰ ਸਨ ਦੋਵੇਂ ਸਹੀ ਹੋ ਗਏ ਅੱਛਾ ਉਹ ਵਧਾਵਾ ਸਿੰਘ ਦੇ ਪੁੱਤਰ ਰੀਤ ਸਿੰਘ ਲੰਬੜਦਾਰ ਸੀ ਉਹਦਾ ਪੁੱਤਰ ਗੁੰਦਰਾ ਸੀ ਜਿਹਦੇ ਅੱਗੋਂ ਪੁੱਤਰ ਸਨ ਜੈਮਲ ਤੇ ਅੱਗੇ ਮਾਨ ਸਿੰਘ ਆ ਗਿਆ ਅੱਛਾ ਉਸ ਤੋਂ ਅੱਗੇ ਮਤਲਬ ਵੀ ਸੰਤ ਸਿੰਘ ਆ ਗਿਆ ਅੱਛਾ ਸੰਤ ਸਿੰਘ ਦੇ ਪੁੱਤਰ ਸਨ ਇੱਕ ਦਿਨ ਫੌਜਾ ਸਿੰਘ ਸੀ ਇੱਕ ਦਿਨ ਬਤਾ ਸਿੰਘ ਸੀ ਇਹ ਪੁੱਤਰ ਸਨ ਰੂੜ ਸਿੰਘ ਦੇ ਅੱਛਾ ਸੰਤ ਸਿੰਘ ਕਹੇ ਜਿਹੜੇ ਪੁੱਤਰ ਸਨ ਉਹ ਰੂੜ ਸਿੰਘ ਦੇ ਸਨ ਚਿਵਾਰੇ ਵਾਲੇ ਹਨ ਜਿਹੜੇ ਈਸ਼ਰ ਸਿੰਘ ਸੀ ਇਹਦਾ ਨਾਂ ਛਿਆਂ ਖੂਹਾਂ ਦਾ ਮਾਲਕ ਸੀ ਛੇ ਖੂਹਾਂ ਦੇ ਹਾਂਜੀ ਕਾਜੀ ਵਾਲਾ ਰਾਹ ਵਾਲਾ ਦੋ ਅੱਗੇ ਮਤਲਬ ਦੋ ਖੂਹ ਸਮਾਨ ਵਾਲੇ ਉਹਨਾਂ ਦਾ ਇੱਕੋ ਹੀ ਨਾਂ ਬੋਲਦਾ ਸੀ ਅੱਡੋ ਵਾਲਾ ਚਾਰ ਖੂਹ ਹੋ ਗਏ ਇੱਕ ਖੂਹ ਉਹਦਾ ਕਾਜੀ ਵਾਲਾ ਸੀ ਪੰਜ ਹੋ ਗਏ ਇੱਕ ਖੂਹ ਉਹਦਾ ਪਿੰਡੋਂ ਲਹਿੰਦੇ ਵਾਲਾ ਟਿੱਬੇ ਵਾਲਾ ਉਹਨੂੰ ਆਉਂਦੇ ਸਨ ਅੱਛਾ ਉਹਦਾ ਰਕਬਾ ਸੀ ਪਿੰਡ ਦੇ ਨਾਲ ਲਹਿੰਦੇ ਪਾਸੇ ਅੱਛਾ ਇਹ ਉਹ ਮਾਂ ਪਿੰਡਰ ਸੀ ਉਹ ਰਾਤ ਦਾ ਘੁਮਾਰ ਨਹੀਂ ਸੀ ਪਿੰਡਰ ਸਨ ਆਹੋ ਪਿੰਡਰ ਸਨ ਜੱਟ ਪਿੰਡਰ ਸਨ ਜੱਟ ਪਿੰਡਰ ਉਹਨਾਂ ਦਾ ਨਾਨਕਿਆਂ ਦਾ ਰਕਬਾ ਵਾਹਵਾ ਸੀ ਅਤੇ ਉਸ ਵਕਤ ਉਹਦਾ ਨਾਨਕੇ ਉਹਨਾਂ ਦੇ ਦੋ ਮਾਮੇ ਹਨ ਉਹ ਮਤਲਬ ਰੀਤ ਸਿੰਘ ਜਿਹੜਾ ਰੀਤ ਸਿੰਘ ਨਰਜੀਤ ਸਿੰਘ ਜਿਹੜਾ ਬਾਦਸ਼ਾਹ ਹੋਇਆ ਉਸ ਵਕਤ ਦੇ ਵਿੱਚ ਉਹਦੇ ਉਹ ਵਜ਼ੀਰ ਸਨ ਰਣਜੀਤ ਸਿੰਘ ਦੇ ਰਣਜੀਤ ਸਿੰਘ ਇਹਦਾ ਨਾਂ ਇੱਕ ਦਾ ਵਜ਼ੀਰ ਸਿੰਘ ਸੀ ਅਤੇ ਇੱਕ ਦਾ ਅਮੀਰ ਸਿੰਘ ਸੀ ਅੱਛਾ ਇਹ ਉਹਦੇ ਵਜ਼ੀਰ ਰਹੇ ਤੁਸੀਂ ਥੋੜ੍ਹਾ ਦੱਸਿਆ ਕਿ ਜਦੋਂ ਇੱਥੇ ਸਿੱਖ ਰਹਿੰਦੇ ਸਨ ਹਾਂਜੀ ਤੁਸੀਂ ਮੁਸਲਮਾਨ ਵੀ ਸੋ ਹਾਂਜੀ ਕੁਛ ਘਰ ਹੋਣਗੇ ਨਾ ਜ਼ਿਆਦਾ ਸਿੱਖਾਂ ਦੇ ਹਾਂ ਜਾਂ ਮੁਸਲਮਾਨਾਂ ਦੇ ਜ਼ਿਆਦਾ ਨਹੀਂ ਜ਼ਿਆਦਾ ਤਾਦਾਦ ਉਹਨਾਂ ਦੀ ਸੀ ਸਾਡੀ ਥੋੜ੍ਹੀ ਸੀ ਮਰਲੇ ਵੀ ਉਹਨਾਂ ਦੇ ਜ਼ਿਆਦਾ ਹਨ ਅੱਛਾ ਅਸੀਂ ਇੱਕ ਖਾਨਦਾਨ ਆ ਤੇ ਸਾਡਾ ਇੱਕ ਖੂਹ ਸੀ ਚਲੋ ਜਿਵੇਂ ਉਹ ਤਾਂ ਖੋਲੇ 60 ਕੁ ਮਾਂ ਸੀ ਜਾਂ 70 ਕੁ ਮਾਂ ਸੀ ਜਾਂ ਜਿੰਨੀ ਵੀ ਹੈ ਸੀ ਅੱਛਾ ਦੂਜੀ ਸਾਰੀ ਉਹਨਾਂ ਦੀ ਇੱਕ ਬਰਾੜੀ ਉਦੋਂ ਗੁਰਦੁਆਰੇ ਉੱਥੇ ਉਹਨਾਂ ਦਾ ਧਰਮ ਸਾਰੇ ਉੱਥੇ ਬਹਿੰਦੇ ਹਨ ਰਾਤ ਨੂੰ ਤਾਂ ਮਤਲਬ ਕਿ ਉਹਨਾਂ ਵੰਡ ਵੰਡੇ ਕਰਨੇ ਬਾਗਤ ਤੇ ਸਾਡੇ ਆ ਮੁੰਡੇ ਮੁੰਡੇ ਜਿਹੜੇ 8-8 10-10 12-12 ਸਾਲਾਂ ਦੇ ਇਹ ਅਗਾਂਹ ਕਾਫੀ ਆਉਂਦੇ ਹਨ ਪਹਿਲਾਂ ਦੇ ਵਿੱਚ ਕੀ ਬੜੇ ਆ ਖੈਰ ਥੱਲੇ ਕੁਝ ਵੀ ਨਹੀਂ ਹੋ ਜਾ ਆ ਪਿੰਡ ਰਾਜਾ ਘੁੰਮਣ ਜ਼ਿਲ੍ਹਾ ਸਿਆਲਕੋਟ ਨਾਜ਼ਰੀਨ ਇਹ ਪਿੰਡ ਸਿੱਖ ਸਰਦਾਰ ਦਾ ਵਸਾਇਆ ਹੋਇਆ ਪਿੰਡ ਏ ਉਹਨਾਂ ਨੇ ਆਬਾਦ ਕੀਤਾ ਸਿੱਖਾਂ ਨੇ ਜਿਹੜੇ ਬਜ਼ੁਰਗਾਂ ਦਾ ਅਸੀਂ ਇੰਟਰਵਿਊ ਕੀਤਾ ਉਹਨਾਂ ਦੇ ਵੱਡੇ ਵੀ ਪਹਿਲੇ ਸਿੱਖ ਸਨ ਜਿਹੜੇ ਬਜ਼ੁਰਗਾਂ ਦਾ ਇੰਟਰਵਿਊ ਕੀਤਾ ਹੈ ਉਹਨਾਂ ਦੀ 47 ਟਾਈਮ ਉਮਰ
15 16 ਸਾਲ ਸੀ, ਬਜ਼ੁਰਗ ਨੂੰ ਸਾਰਾ ਪਤਾ ਹੈ। ਇੱਥੇ ਬਹੁਤੇ ਇਸ ਪਿੰਡ 'ਚ ਸਿੱਖ ਹੀ ਰਹਿੰਦੇ ਹਨ, ਚੰਦ ਘਰ ਮੁਸਲਮਾਨਾਂ ਦੇ ਹਨ। ਇਹਦੇ ਨਾਲ ਨਾਲ 5-7 ਪਿੰਡ ਜਿਹੜੇ ਨੇ ਉਹ ਵੀ ਸਿੱਖ ਸਰਦਾਰਾਂ ਦੇ ਹਨ, ਜਿਹੜੇ ਇੱਥੋਂ ਮਾਈਗ੍ਰੇਟ ਹੋ ਕੇ ਛੱਡਦੇ ਪੰਜਾਬ ਗਏ 47 ਟਾਈਮ। ਅਤੇ ਇਸ ਪਿੰਡ ਦੀਆਂ 3 ਪੱਤੀਆਂ ਸਨ, ਬਜ਼ੁਰਗ ਦੱਸਦੇ ਨੇ ਕਿ 3 ਨੰਬਰਦਾਰ ਸਨ, ਇੱਕ ਮੁਸਲਮਾਨ ਫਜ਼ਲਦੀਨ, 2 ਸਿੱਖ ਸਰਦਾਰ ਸਨ, ਵਧਾਇਆ ਸਿੰਘ ਅਤੇ ਕਰਮ ਸਿੰਘ। ਇਹ ਪਿੰਡ ਦੇ ਨਾਂ 'ਤੇ ਪਤਾ ਚੱਲਦਾ ਪਿਆ ਕਿ 2 ਪੱਤੀਆਂ ਸਿੱਖਾਂ ਦੀਆਂ ਸਨ, ਬਹੁਤੇ ਸਿੱਖ ਸਰਦਾਰ ਇੱਥੇ ਰਹਿੰਦੇ ਹਨ। ਅਤੇ ਵੀਡੀਓ ਸਾਰੀ ਵੇਖ ਕੇ ਸ਼ੇਅਰ ਜ਼ਰੂਰ ਕਰਨਾ। ਬਾਬਾ ਜੀ ਕੋਲ ਬਹੁਤ ਨੌਲੇਜ ਹੈ, ਬੜਾ ਜਾਣਦੇ ਨੇ ਸਿੱਖ ਸਰਦਾਰਾਂ ਨੂੰ, ਸਾਰਿਆਂ ਨੂੰ। ਬੜੀ ਪਿਆਰੀ ਕਹਾਣੀ ਹੈ ਜਿਹੜੇ ਬਜ਼ੁਰਗਾਂ ਕੋਲ ਸੁਣਾਂਗੇ, ਤੁਹਾਡੇ ਰੂਬਰੂ ਕਰਨੇ ਆ ਕਿ ਬਾਬਾ ਜੀ ਦੱਸਦੇ ਨੇ ਕਿ ਇੱਥੇ ਜਿਹੜੇ ਸਿੱਖ ਸਰਦਾਰ ਰਹਿੰਦੇ ਹਨ, ਸਾਡਾ ਉਹਨਾਂ ਨਾਲ ਬੜਾ ਪਿਆਰ ਮੁਹੱਬਤ ਸੀ। ਜਾਣ ਲੱਗਿਆਂ ਕੋਈ ਕੁਛ ਸਰੀਰ ਲੋਕਾਂ ਨੇ ਆਲੇ ਦੁਆਲਿਓਂ ਉਹਨਾਂ 'ਤੇ ਹਮਲਾ ਵੀ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਬਜ਼ੁਰਗ ਜਿਹੜੇ ਨੇ ਇਹਨਾਂ ਦੇ ਵੱਡਿਆਂ ਨੇ ਬੜੀ ਉਹਨਾਂ ਦੀ ਸਰਦਾਰਾਂ ਦੀ ਹੈਲਪ ਕੀਤੀ। ਅਤੇ ਵੀਡੀਓ ਸਾਰੀ ਵੇਖ ਕੇ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਕੋਲ ਵੀਡੀਓ ਪਹੁੰਚ ਸਕੇ। ਅਤੇ ਵੀਡੀਓ ਵੇਖ ਕੇ ਸ਼ੇਅਰ ਕਰਕੇ ਅਤੇ ਲਾਈਕ ਜ਼ਰੂਰ ਕਰ ਦਿਆ ਕਰੋ। ਆਓ ਬਜ਼ੁਰਗਾਂ ਕੋਲੋਂ ਇਹ ਕਹਾਣੀ ਪੁੱਛਣੇ 47 ਟਾਈਮ ਦੀ ਕਿ ਕਿਵੇਂ ਕਿਵੇਂ ਉਹ ਇੱਥੋਂ ਸਿੱਖ ਸਰਦਾਰ ਨਿਕਲੇ, ਕੀ ਉਹਨਾਂ ਨਾਲ ਬੀਤਿਆ, ਕਿਵੇਂ ਕਿਵੇਂ ਰਹਿੰਦੇ ਹਨ ਸਾਰੇ ਮਜ਼ਹਬ ਦੇ ਲੋਕ। ਆਓ ਬਜ਼ੁਰਗਾਂ ਨਾਲ ਗੱਲਬਾਤ ਸ਼ੁਰੂ ਕਰੀਏ ਜੀ। ਹੈਲੋ, ਅਸਲਾਮ ਵਾਲੇਕਮ ਨਾਜ਼ਰੀਨ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਤਨਵੀਰ, ਤੁਸੀਂ ਵੇਖ ਰਹੇ ਹੋ ਯੂਟਿਊਬ ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਨਾਜ਼ਰੀਨ, 1947 ਦੇ ਵੰਡ ਵੇਲੇ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਸਾਡੇ ਬਜ਼ੁਰਗ ਮੌਜੂਦ ਨੇ, ਇਹਨਾਂ ਨੂੰ ਪੁੱਛਣੇ 1947 ਦੇ ਵੰਡ ਵੇਲੇ ਦੀ ਕਹਾਣੀ। ਸਾਡੇ ਨਾਲ ਰਹਿਣਾ ਅਤੇ ਵੀਡੀਓ ਵੇਖ ਕੇ ਸ਼ੇਅਰ ਲਾਜ਼ਮਨ ਕਰਿਆ ਕਰੋ ਤਾਂ ਕਿ ਜ਼ਿਆਦਾ ਜ਼ਿਆਦਾ ਲੋਕਾਂ ਕੋਲ ਜਿਹੜੀ ਵੀਡੀਓ ਪਹੁੰਚੇ। ਅਤੇ ਆਓ ਹੁਣ ਬਾਬਿਆਂ ਨਾਲ ਗੱਲਬਾਤ ਸ਼ੁਰੂ ਕਰਨੀ ਹੈ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ ਜੀ। ਜੀ ਕੀ ਹਾਲ ਹੈ? ਖੈਰ ਅੱਲਾ ਜੀ, ਤੁਸੀਂ ਸੁਣਾਓ। ਆਪਣਾ ਨਾਂ ਕੀ ਜੀ? ਮੁਹੰਮਦ ਅਨਵਰ। ਮੁਹੰਮਦ ਅਨਵਰ। ਤੁਹਾਡੇ ਅੱਬਾ ਜੀ ਦਾ ਕੀ ਨਾਮ? ਤਾਜਦੀਨ। ਤਾਜਦੀਨ। ਦੁਰਗੋ, ਦਾਦੇ ਦਾ ਨਾਮ ਦੱਸ ਦਿਓ। ਅਲਫਦੀਨ। ਅਲਫਦੀਨ। ਹਾਂਜੀ। ਆਪਣੀ ਜਾਤ ਕਿਹੜੀ? ਜੱਟ ਕਮਾਨ। ਜੱਟ ਕਮਾਨ ਜੀ। ਤਿੰਨ ਭਰਾ। ਕੀ ਕੀ ਨਾਮ ਹਨ ਉਹਨਾਂ ਦੇ? ਉਦੋਂ ਵੱਡੇ ਦਾ ਨਾਮ ਫਜ਼ਲਦੀਨ ਸੀ, ਉਦੋਂ ਵੱਡੇ ਦਾ ਨਾਮ ਕਾਲੇ ਖਾਨ ਸੀ। ਅੱਛਾ, ਬਜ਼ੁਰਗ ਪਿੰਡ ਕਿਹੜਾ ਜਿੱਥੇ ਬੈਠੇ ਸੀ? ਰਾਜਾ ਕਮਾਨ। ਰਾਜਾ ਕਮਾਨ। ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ। ਜ਼ਿਲ੍ਹਾ ਸਿਆਲਕੋਟ। ਅੱਛਾ, ਨਾਲ ਨਾਲ ਦੇ ਕੋਈ 2-4 ਪਿੰਡ ਦੱਸ ਦਿਓ। ਨਾਲ ਜੀ ਧਾਮੋਗੇ ਦਰਵੇਸ਼ ਕੇ ਨੇ ਸਾਡੇ ਨਾਲ। ਹਾਂਜੀ। ਧਲਿਆੜਾ ਸਾਡੇ ਨਾਲ। ਅੱਛਾ। ਅੱਗੇ ਮੂਸੇ ਵਾਲਾ ਸਾਡੇ ਨਾਲ। ਅੱਛਾ ਜੀ। ਤਬਾਖੜੀਆਂ ਸਾਡੇ ਨਾਲ ਨੇ, ਗਲੋਟੀਆਂ ਸਾਡੇ ਨਾਲ ਨੇ, ਵੱਡੀਆਂ ਵੀ ਛੋਟੀਆਂ ਵੀ, ਕੁੱਕਲ ਸਾਡੇ ਨਾਲ ਨੇ। ਅੱਛਾ ਅੱਛਾ ਅੱਛਾ। ਲੜੀਕੀ ਹੈ ਸਾਡੇ ਨਾਲ, ਉਸ ਕੋਲੀਆਂ ਬਟਾਲੀਆਂ ਕੱਲਾ ਸਾਡੇ ਨਾਲ, ਅੱਗੇ ਧੱਦੂ ਸਾਡੇ ਨਾਲ ਲੱਗਦਾ ਜੀ, ਉਹ ਵੀ ਅੱਗੇ ਮਤਲਬ ਮੁੰਡੇ ਕੇ ਵੀ ਸਾਡੇ ਨਜ਼ਦੀਕ ਹੀ ਆ ਗਏ। ਦਸਕਾ, ਇਹ ਵੀ ਸਾਡੇ ਨੇੜੇ, ਮੰਦਰਾਂ ਵਾਲਾ, ਗਾਗਾ, ਜੇਸਰ ਵਾਲਾ। ਹਾਂਜੀ। ਅੱਛਾ, ਸੁਹਾਵਾ, ਲਦੇ ਚੀਮਿਆਂ ਦੇ, ਮਲੀਆਂ ਵਾਲਾ, ਸਰਦਾਰ ਫਤਿਹ ਚੰਦ ਦਾ ਪਿੰਡ। ਹਾਂਜੀ। ਅੱਛਾ, ਸਾਡੀ ਨਸਲ ਪੈਦਾ ਇੱਥੋਂ ਹੋਈ ਹੈ, ਸਾਡੀ ਨਸਲ ਨੇ ਪਿੰਡ ਬਣਾਇਆ, ਇਹ ਜਿਹੜਾ ਤਿਆਰੀ ਕੀਤੀ ਇਹਦੀ, ਜਿਸ ਵਕਤ ਢਾਟ ਹੇਰੀ ਸਾਰੇ ਮੁਲਕ ਦੇ ਹੋ ਗਈ, ਕੋਈ ਟਿੱਬੇ ਟੋਏ ਰਹਿ ਗਏ, ਕੋਈ ਦੁਨੀਆਂ ਨਾ ਰਹੀ, ਕੋਈ ਗੱਲ ਨਾ ਰਹੀ, ਸਾਡਾ ਵਡੇਰਾ ਕਿਸੇ ਟਾਈਮ ਦੇ ਵਿੱਚ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਵਿੱਚੋਂ ਲੱਠਾ ਘੁਮਾਣਾ ਦਾ ਪਿੰਡ ਸੀ, ਉੱਥੋਂ ਚੱਲਿਆ ਉਹ ਟੋਡਾ ਟੋਡਾ ਇੱਥੇ ਉਹਨੇ ਆ ਕੇ ਪੈਰ ਜਮਾ ਲਿਆ। ਉਸ ਵਕਤ ਮੁਸਲਮਾਨੀ ਕੋਈ ਨਹੀਂ ਸੀ, ਮਤਲਬ ਇਸ ਮੁਲਕ ਦੇ ਵਿੱਚ ਉਹ ਵੀ ਸਰਦਾਰ ਸੀ ਉਸ ਟਾਈਮ। ਤੁਹਾਡੇ ਕੋਲ 5ਵੀਂ 7ਵੀਂ ਪੀੜ੍ਹੀ ਦੇ ਪਿੱਛੇ ਨਾ ਕਦਮ ਉਦਵੀ ਪਿਆ ਚੋ ਕਰ ਰਹੇ ਆ, ਉਹਦੇ ਢੇਰ ਪਿੱਛੇ ਦੀ ਗੱਲ ਹੈ। ਹਾਂ, ਤੋਂ ਕੋ 250 300 400 ਸਾਲ ਪਿੱਛਾ ਟੁਰ ਗਈ, ਚੋਖਾ ਟੁਰ ਗਈ। ਅੱਛਾ, ਉਹ ਫਿਰ ਇੱਥੇ ਆ ਕੇ ਬਹਿ ਗਿਆ। ਮਗਰ ਟਿੱਬਾ ਸੀ ਇਹ ਪਿੰਡਾ ਜਿਹੜਾ। ਹਾਂਜੀ। ਤੇ ਇਹਦੇ ਉੱਤੇ ਬਹਿ ਗਿਆ, ਉਹਨੇ ਆਪਣੀ ਘੋੜੀ ਫੇਰ ਲਈ, ਚਾਰਜ ਫਿਰ ਉਹਨੇ ਕੋਈ 1100 ਕਿੱਲਾ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਿਆ। ਅੱਛਾ, ਇੱਥੇ ਉਹਦੇ ਵਿੱਚੋਂ ਫਿਰ ਪੈਦਾਵਾਰੀ ਸ਼ੁਰੂ ਹੋ ਗਈ ਹੋਣੀ ਹੌਲੀ ਹੌਲੀ। ਫਿਰ ਗੱਲ ਇਹ ਵੀ ਸਿੱਖੀ ਦਾ ਜ਼ੋਰ ਸੀ, ਸਭ ਕੁਛ ਸਾ। ਫਿਰ ਸਾਡਾ ਵਡੇਰਾ ਇਹ ਭਾਈ ਖਾਂ ਅਤੇ ਮੀਆਂ ਖਾਂ ਅਤੇ ਇੱਕ ਨੰਬਰ ਉੱਤੇ ਵੇ ਹਲਾਈ ਬਾਈਕ ਅਤੇ ਦੂਜੇ ਭਾਈ ਉਹਦੇ ਦਾ ਕੀ ਨਾਂ ਆ ਗਿਆ, ਇਮਾਮ ਬਸ਼ਕ। ਉਹ ਫਿਰ ਦੋਵੇਂ ਭਰਾ ਮੁਸਲਮਾਨ ਹੋਏ। ਅੱਛਾ।
ਹਾਂ ਜੀ, ਇੱਕ ਪਿਓ ਦੇ ਪੁੱਤਰ ਸਨ, ਇੱਕ ਮਾਂ ਦੇ ਬੇਟੇ ਸਨ। ਉਹ ਫਿਰ ਦੋਵੇਂ ਭਰਾ ਮੁਸਲਮਾਨ ਹੋਏ। ਉਹਨਾਂ ਦੀ ਫਿਰ ਅੱਗੋਂ ਜਾਗਲਾਲ ਸਾਡੇ ਜਿਹੜੇ ਬਜ਼ੁਰਗ ਨੇ ਸਾਡੇ ਪਿਓ ਦਾਦੇ, ਉਹ ਫਿਰ ਉਹਨਾਂ ਦੇ ਅੱਗੋਂ ਮਤਲਬ ਪੁੱਤਰ ਪੋਤਰੇ ਬਣ ਗਏ। ਹਾਂਜੀ, ਹਾਂਜੀ। ਉਸ ਤੋਂ ਬਾਅਦ ਇਹੋ ਜਿਹੀ ਪਾਰਟੀਸ਼ਨ ਹੋਈ, ਜਦੋਂ ਉੱਧਰ ਉੱਧਰ ਅਦਲ ਬਦਲ ਹੋਈ, ਉੱਧਰ ਦੀ ਦੁਨੀਆ ਇੱਧਰ ਆਈ, ਪਾਕਿਸਤਾਨ ਬਣ ਗਿਆ, ਉਹ ਹਿੰਦੁਸਤਾਨ ਬਣ ਗਿਆ। ਪਹਿਲਾਂ ਮੁਲਕ ਤਾਂ ਇੱਕੋ ਹੀ ਸੀ। 47 ਟਾਈਮ ਤੁਹਾਡਾ ਪਿੰਡ ਕਿੱਡਾ ਸੀ? 47 ਟਾਈਮ ਸਾਡਾ ਪਿੰਡ, ਮਤਲਬ ਸਾਡਾ ਪਿੰਡ ਜਿਵੇਂ ਦੁਆਲੇ ਦੇ ਪਿੰਡ ਵਧੇ ਨੇ ਨਾ, ਉਵੇਂ ਸਾਡਾ ਪਿੰਡ ਵਧਿਆ ਨਹੀਂ। ਇਹ ਤਕਰੀਬਨ ਲਾ ਲਓ ਏਡਾ ਸੀ, ਕੋਈ ਕਿੱਲਾ ਕਿੱਲਾ ਵੱਧ ਗਿਆ, ਚਾਰ ਫੇਰੇ ਇੰਨਾ ਹੀ ਕੰਮ ਹੋਇਆ, ਕੋਈ ਬੜਾ ਨਹੀਂ ਵਧਿਆ। ਪਤੀ ਇੱਕ ਹੀ ਸੀ? ਤਿੰਨ ਪਤੀਆਂ ਹਨ, ਮਤਲਬ ਲੰਬੜਦਾਰ ਤਿੰਨ ਸਨ। ਅੱਛਾ ਜੀ, ਕਿਹੜਾ ਕਿਹੜਾ? ਫਜ਼ਲਦੀਨ ਤੇ ਦਾਵਾ ਸਿੰਘ ਲੰਬੜਦਾਰ, ਇੱਕ ਸੀ ਅੱਗੇ ਕਰਮ ਸਿੰਘ। ਦੋ ਸਿੱਖ ਤੇ ਇੱਕ ਮੁਸਲਮਾਨ। ਤਿੰਨ ਪਤੀਆਂ, ਤਿੰਨੇ ਹਨ ਲੰਬੜਦਾਰ? ਤਿੰਨ ਪਤੀਆਂ ਤੇ ਤਿੰਨ ਹੀ ਲੰਬੜਦਾਰ। ਹਾਂਜੀ। ਅੱਛਾ ਚਾਚਾ ਜੀ, ਹਾਂਜੀ, ਆਪਣੀ ਮੁਸਲਮਾਨ ਜਿਹੜੇ ਇੱਥੇ ਕਿਹੜੀ ਬਰਾਦਰੀ ਉਸ ਟਾਈਮ 47 ਟਾਈਮ ਕਿਹੜੀ ਬਰਾਦਰੀ ਦੇ? ਅਜੇ ਮੁਸਲਮਾਨ। ਹਾਂਜੀ, 47 ਤੋਂ ਪਹਿਲੇ ਅਸੀਂ ਜੱਟ ਘੁਮਾਣ। ਤੁਸੀਂ ਤੋਂ ਜੱਟ? ਹਾਂਜੀ। ਹੋਰ ਮੁਸਲਮਾਨਾਂ ਦੀ ਬਰਾਦਰੀ ਕਿਹੜੀ ਕਿਹੜੀ? ਇਹ ਰਾਈ ਬਲਾਰੀ ਸੀ, ਹਾਂਜੀ, ਮੋਚੀ ਬਲਾਰੀ ਸੀ, ਮਤਲਬ ਐਡੇ ਜੁੱਤੀਆਂ ਛੁੱਟੀਆਂ ਸੀ। ਹਾਂਜੀ ਹਾਂਜੀ, ਮੋਚੀ। ਅੱਗੇ ਮਹਿਰ ਬਲਾਰੀ ਸੀ, ਹਾਂਜੀ, ਜਿਹੜੇ ਸਬਜ਼ੀ ਕੰਡੇ ਦਾ ਕੰਮ ਕਰਦੇ। ਹਾਂਜੀ ਹਾਂਜੀ। ਜਲਾਬ ਬਲਾਰੀ ਸੀ, ਜਿਹੜੇ ਸਾਡੇ ਤਾਣੀ ਹਣੀਆਂ ਕੱਪੜੇ ਛੱਪੜੇ ਹੁੰਦੇ ਸਨ। ਹਾਂਜੀ ਹਾਂਜੀ, ਖੇਸ ਖੂਸ ਹੁੰਦੇ ਹਨ। ਲਾਈਆਂ ਹੁੰਦੀਆਂ ਤਾਣੀਆਂ? ਬੜੀਆਂ ਤਾਣੀਆਂ ਹਨ ਸਾਡੇ ਪਿੰਡ ਬਣੀਆਂ ਜਾਂਦੀਆਂ, ਹੁਣ ਤਾਂ ਜ਼ਮਾਨਾ ਬਦਲ ਗਿਆ, ਮੁੱਕ ਗਈਆਂ। ਚੌਂਕੀਦਾਰ ਸਨ। ਅੱਛਾ, ਦੋ ਚੌਂਕੀਦਾਰ ਹੁੰਦੇ ਹਨ ਸਾਡੇ ਪਿੰਡ ਦੇ, ਜਿਨ੍ਹਾਂ ਨੇ ਪਿੰਡ ਦੇ ਵਿੱਚ ਪਹਿਰਾ ਸ਼ਹਿਰਾ ਦੇਣਾ ਹੁੰਦਾ, ਨਾਲੇ ਸੁਣਾਇਆ ਦੇਣਾ ਪੁਲਿਸ ਦਾ ਕੰਮ ਕੋਈ ਵੀ ਆਇਆ ਤਾਂ ਕਿਹਾ। ਹਾਂਜੀ, ਰਹੀਮ ਚੌਂਕੀਦਾਰ ਅਤੇ ਲੱਭੂ ਚੌਂਕੀਦਾਰ। ਅੱਛਾ ਜੀ। ਅੱਛਾ, ਅਤੇ ਹੋਰ ਇਹ ਹੋ ਗਏ ਮੁਸਲਮਾਨ। ਅਤੇ ਅੱਗੇ ਹਸਾਈ ਆ ਗਿਆ, ਹਸਾਈ ਆ ਗਿਆ, ਇਹਨਾਂ ਦੇ ਘਰ ਸਨ 8-10। ਅੱਛਾ ਅੱਛਾ। ਅੱਛਾ, ਅਤੇ ਸ਼ੇਖਾਂ ਦੇ ਵੀ ਸਨ, ਸ਼ੇਖ ਵੀ ਸਨ, ਸ਼ੇਖ ਮੁਸਲਮਾਨ, ਸ਼ੇਖ ਉਹ ਮੁਸਲਮਾਨ। ਹਾਂਜੀ, ਮਰਾਸੀਆਂ ਦੇ ਘਰ ਸਨ 5-4, ਉਹ ਵੀ ਜੱਦੀ ਪੁਸ਼ਤੀਆਂ ਰਹਿਣ ਵਾਲੇ ਸਾਡੇ ਨਾਲ ਹੀ। ਅੱਛਾ, ਇਸ ਫੈਮਿਲੀ ਹਨ ਪਿੰਡ ਦੇ ਵਿੱਚ। ਅੱਛਾ ਚਾਚਾ ਜੀ, ਸਿੱਖ ਵੀ ਸਨ? ਹਾਂਜੀ, ਸਿੱਖ ਵੀ ਸਨ, ਸਿੱਖ ਬੜੇ ਸਰਦਾਰ ਸਨ, ਮਾਲਕ ਸਨ ਪਿੰਡ ਦੇ ਵਿੱਚ। ਉਹ ਦੱਸੋ ਥੋੜ੍ਹਾ ਕੋਣਾ ਦੇ ਕਿੰਨੇ ਸਨ ਘਰ, ਅਤੇ ਕੀ ਉਹਨਾਂ ਨਾਂ ਸਨ? ਮੁਸਲਮਾਨਾਂ ਤੁਹਾਨੂੰ ਦੱਸ ਦਿੱਤਾ, ਗੁਜ਼ਾਜ਼ੂਦ ਵੀ ਦੱਸੋ ਜੀ। ਵਧਾਵਾ ਸਿੰਘ, ਜੱਟ ਘੁਮਾਣ। ਹਾਂਜੀ ਹਾਂਜੀ। ਅੱਛਾ, ਜੈਮਲ ਸਿੰਘ ਅਤੇ ਸੰਤ ਸਿੰਘ ਉਹਦੇ ਪੁੱਤਰ ਸਨ ਦੋਵੇਂ। ਸਹੀ ਹੋ ਗਏ। ਅੱਛਾ, ਉਹ ਵਧਾਵਾ ਸਿੰਘ ਦੇ ਪੁੱਤਰ ਰੀਤ ਸਿੰਘ ਲੰਬੜਦਾਰ ਸੀ, ਉਹਦਾ ਪੁੱਤਰ ਅੱਗੋਂ ਮੇਰਾ ਸੀ, ਜਿਹਦੇ ਅੱਗੋਂ ਪੁੱਤਰ ਸਨ ਜੈਮਲ ਅਤੇ ਦੂਜੇ ਦਾ ਨਾਂ ਕੀ ਲਿਆ, ਜੈਮਲ ਅਤੇ ਦੂਜੇ ਦਾ ਵੀ ਨਾਂ ਨਹੀਂ, ਰੀਤ ਸਿੰਘ ਅਤੇ ਉਹਨਾਂ ਦਾ ਦਾਦਾ ਸੀ। ਅੱਛਾ ਚਲੋ, ਅੱਗੇ ਮਾਨ ਸਿੰਘ ਆ ਗਿਆ। ਅੱਛਾ, ਉਸ ਤੋਂ ਅੱਗੇ ਮਤਲਬ ਵੀ ਸੰਤ ਸਿੰਘ ਆ ਗਿਆ। ਅੱਛਾ, ਸੰਤ ਸਿੰਘ ਦੇ ਪੁੱਤਰ ਸਨ, ਇੱਕ ਦਿਨ ਫੌਜਾ ਸਿੰਘ ਸੀ, ਇੱਕ ਦਿਨ ਬਤਾ ਸਿੰਘ ਸੀ। ਅੱਛਾ, ਉਹ ਇਹ ਪੁੱਤਰ ਸਨ ਰੂੜ ਸਿੰਘ ਦੇ। ਅੱਛਾ, ਸੰਤ ਸਿੰਘ ਕਹੇ ਜਿਹੜੇ ਪੁੱਤਰ ਸਨ ਉਹ ਰੂੜ ਸਿੰਘ ਦੇ ਸਨ। ਅੱਛਾ, ਇਹਨਾਂ ਦੇ ਡੇਰਿਆਂ ਦਾ ਕੀ ਨਾਮ? ਡੇਰੇ ਦੇ ਨਾਮ ਵਾਟਲਾ ਖੂਹ ਸੀ, ਪਿੰਡ ਦੇ ਪਹਾੜ ਬਾਈ, ਇਹ ਸੰਤ ਸਿੰਘ ਦਾ ਸੀ। ਵਧਾਵਾ ਸਿੰਘ ਦੇ ਡੇਰੇ ਦਾ ਨਾਂ ਇੱਕ ਛੰਭ ਵਾਲਾ ਖੂਹ ਸੀ, ਇੱਕ ਰੋਈ ਵਾਲਾ ਖੂਹ ਸੀ। ਅੱਛਾ, ਕੁਝ ਰਕਬਾ ਦਾ ਲਾਲੇ ਵਾਲੇ ਖੂਹ ਦੇ ਸੀ ਵਧਾਵਾ ਸਿੰਘ ਦਾ, ਕੁਝ ਪਿੱਪਲ ਵਾਲੇ 'ਚ ਵੀ ਹੈ ਸੀ ਉਹਦਾ। ਅੱਛਾ, ਇਹ ਚਬਾਰੇ ਵਾਲੇ ਹਨ, ਜਿਹੜੇ ਈਸਰ ਸਿੰਘ ਸੀ ਇਹਦਾ ਨਾਂ, ਛਿਆਂ ਖੂਹਾਂ ਦਾ ਮਾਲਕ ਸੀ। ਹਾਂਜੀ, ਕਾਜੀ ਵਾਲਾ, ਰਾਹ ਵਾਲਾ, ਦੋ ਅੱਗੇ ਮਤਲਬ ਦੋ ਖੂਹ ਸਮਾਨ ਵਾਲੇ, ਉਹਨਾਂ ਦਾ ਇੱਕੋ ਹੀ ਨਾਂ ਬੋਲਦਾ ਸੀ, ਅੱਡੋ ਵਾਲਾ। 4 ਖੂਹ ਹੋ ਗਏ, ਇੱਕ ਖੂਹ ਉਹਦਾ ਕਾਜੀ ਵਾਲਾ ਸੀ, 5 ਹੋ ਗਏ, ਇੱਕ ਖੂਹ ਉਹਦਾ ਪਿੰਡੋ ਲਹਿੰਦੇ ਵਾਲਾ ਟਿੱਬੇ ਵਾਲਾ ਉਹਨੂੰ ਆਉਂਦੇ ਸੀ, ਉਹਦਾ ਰਕਬਾ ਸੀ ਪਿੰਡ ਦੇ ਨਾਲ ਲਹਿੰਦੇ ਪਾਸੇ। ਅੱਛਾ, ਇਹ ਉਹ ਮਾਂ ਪਿੰਡਰ ਸੀ, ਉਹ ਰਾਤ ਦਾ ਘੁਮਾਉਣ ਨਹੀਂ ਸੀ।
ਨਾਨਕੀ ਵਿਰਸਾ ਤੇ ਇੱਥੇ ਆਏ ਸਨ। ਹਾਂਜੀ ਉਹਨਾਂ ਦਾ ਨਾਨਕਿਆਂ ਦਾ ਰਕਬਾ ਵਾਹਵਾ ਸੀ ਤੇ ਉਸ ਵਕਤ ਉਹਦਾ ਨਾਨਕੇ ਉਹਨਾਂ ਦੇ ਦੋ ਮਾਮੇ ਹਨ ਉਹ ਮਤਲਬ ਰਣਜੀਤ ਸਿੰਘ ਜਿਹੜਾ ਨਰਜੀਤ ਸਿੰਘ ਜਿਹੜਾ ਬਾਦਸ਼ਾਹ ਹੋਇਆ ਉਸ ਵਕਤ ਦੇ ਵਿੱਚ ਉਹਦੇ ਉਹ ਵਜ਼ੀਰ ਸਨ ਰਣਜੀਤ ਸਿੰਘ ਦੇ ਰਣਜੀਤ ਸਿੰਘ ਇਹਦਾ ਨਾਂ ਇੱਕ ਦਾ ਵਜ਼ੀਰ ਸਿੰਘ ਸੀ ਤੇ ਇੱਕ ਦਾ ਅਮੀਰ ਸਿੰਘ ਸੀ। ਅੱਛਾ ਇਹ ਉਹਦੇ ਵਜ਼ੀਰ ਰਹੇ ਵਜ਼ੀਰ ਰਹੇ ਕਿਸੇ ਵਕਤ ਦੌਰ ਦੇ ਵਿੱਚ ਉਹਨੇ ਕੋਈ ਨਿਸ਼ਾਨ ਦਾ ਹੀ ਧਰ ਲਈ ਕਿਸੇ ਦੀ ਸ਼ਿਕਾਇਤ ਨਾਲ ਜਾਂ ਕਿਸੇ ਤਰ੍ਹਾਂ ਵੀ ਵੀ ਤੁਸੀਂ ਆਪਣੀ ਭੈਣ ਦਾ ਰਿਸ਼ਤਾ ਮੈਨੂੰ ਅਦਾ ਕਰ ਦਿਓ। ਇਹਨਾਂ ਦੋਵਾਂ ਭਰਾਵਾਂ ਨੇ ਨਿਕਾਟੀ ਕਰ ਦਿੱਤੀ ਵੀ ਅਸਾਂ ਇਹ ਕੰਮ ਨਹੀਂ ਕਰਨਾ, ਅਸੀਂ ਤੇਰੀ ਬਜਾਤ ਕਰਨ ਵਾਸਤੇ ਆਏ ਹਾਂ, ਰਿਸ਼ਤਾ ਦੇਣ ਵਾਸਤੇ ਨਹੀਂ ਆਏ, ਕਿਉਂ ਦਈਏ ਤੈਨੂੰ। ਉਹਨਾਂ ਨੂੰ ਇਹਨੇ ਫਿਰ ਪ੍ਰਚਾਰ ਤੱਕ ਆ ਲਿਆ ਬਾਗਾਂ ਨੂੰ ਫਿਰ ਮਰਵਾ ਜਿਹੜਾ ਬਾਦਸ਼ਾਹੀਆਂ ਦੇ ਹੁਕਮ ਹੁੰਦੇ ਨੇ ਮੈਨੂੰ ਨਹੀਂ ਦਿੱਤਾ ਉਸ ਖੇਡ ਦੇ ਵਿੱਚ। ਉਹਨੇ ਫਿਰ ਉਹਦੀ ਸ਼ਾਦੀ ਫਿਰ ਸਿਰਾਂ ਵਾਲੀ ਹੋਈ, ਸਿਰਾਂ ਵਾਲੀਆਂ ਸਰਦਾਰਾਂ ਨਾਲ। ਉਹਨਾਂ ਨੂੰ ਬਥੇਰਾ ਕੋਈ ਲੱਭਾ, ਪਿੰਡਾਂ ਦੇ ਪਿੰਡ ਅਲਾਟਮੈਂਟ ਹੋ ਗਏ, ਕਈ ਕੁਝ ਉਹਨਾਂ ਨੂੰ ਲੱਭ ਗਿਆ। ਮਤਲਬ ਸਾਡੇ ਜ਼ਿਲ੍ਹੇ ਸਿਆਲਕੋਟ ਵਿੱਚ ਵੰਨ ਨੰਬਰ ਸਰਦਾਰ ਸਿਰਾਂ ਵਾਲੀਏ ਸਨ, ਉਂਝ ਫੜਕੋ ਫੜਕੀ ਦੇ ਬੜੇ ਸਨ ਨਾ ਥਾਂ ਥਾਈ, ਪਰ ਪੂਰੀ ਟੀਮ ਇਹ ਜਿਹੜੀ ਸੀ ਨਾ ਸਿਰਾਂ ਵਾਲੀ ਸਰਦਾਰਾਂ ਦੀ, ਇਹ ਰਣਜੀਤ ਸਿੰਘ ਨੇ ਰਣਜੀਤ ਸਿੰਘ ਬਾਦਸ਼ਾਹ ਜਿਹੜਾ ਆਹ ਉਹ ਸਿਰਾਂ ਵਾਲੀ ਆਇਆ ਸੀ। ਅੱਛਾ ਉੱਥੇ ਵੀ ਆਇਆ ਸੀ? ਹਾਂਜੀ ਉੱਥੇ ਉਹਦੀ ਸ਼ਾਦੀ ਹੋਈ ਸੀ। ਅੱਛਾ ਉਸ ਤੋਂ ਬਾਅਦ ਫਤਿਹ ਚੰਦ ਸੀ ਰਣਜੀਤ ਸਿੰਘ, ਫਤਿਹ ਚੰਦ ਸੀ ਗਿਰਗਿੱਤ ਚੰਦ ਸੀ ਜੱਟ ਘੁਮਾਣ, ਇਹ ਵੀ ਜੱਟ ਘੁਮਾਣ ਸੀ। ਹਾਂਜੀ ਇਹ ਹਿੰਦੂ ਬਲਾਲੀ ਦਾ ਤਲਕ ਸੀ, ਇਹਨਾਂ ਸਿੱਖ ਨਹੀਂ ਸਨ। ਅੱਛਾ ਇਹਨਾਂ ਨੂੰ ਸਰਬੀਏ ਕਰਕੇ ਆਉਂਦੇ ਸਨ। ਇਹਨਾਂ ਦੇ ਖੂਹ ਸਨ ਤਿੰਨ, ਅੱਛਾ ਤੇ ਚਾਰ ਤਿੰਨ ਚਾਰ ਸਨ, ਟਾਲੀ ਵਾਲੇ ਦੇ ਰਕਬਾ ਸੀ, ਵਾਟਲੇ ਦੇ ਰਕਬਾ ਸੀ, ਚੰਦਾਣਾ ਖੂਹ ਸੀ ਮੂਸੇਵਾਲ ਦੇ ਬਾਰਡਰ ਦੇ ਉਰਲੇ ਪਾਸੇ, ਉਹ ਅਜੇ ਵੀ ਬੋਰਡ ਖਲੋਤਾ ਉੱਥੇ। ਅੱਛਾ ਅੱਛਾ ਬੋਰਡ ਸੰਤਾਲੀ ਪਹਿਲਾਂ ਵਾਲਾ ਖਲੋਤਾ? ਆਪਾਂ ਇੱਦਾਂ ਦਾ ਖਲੋਤਾ ਹੈ, ਮਤਲਬ ਹੁਣ ਉਹ 10 ਸਾਲ 47 ਤੋਂ ਪਹਿਲਾਂ ਦਾ ਲੱਗਾ ਹੈ। ਅੱਛਾ ਅੱਛਾ ਆ ਤੇ ਹੁਣ ਵਾਹਵਾ ਤਗੜਾ ਹੋਏ। ਅੱਛਾ ਉਹ ਦੋ ਭਰਾ ਸਨ, ਉਹਨਾਂ ਦੇ ਅੱਗੋਂ ਪੁੱਤਰ ਸਨ ਦੋਵਾਂ ਭਰਾਵਾਂ ਦਾ, ਇੱਕ 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 ਦਾ ਨਾਂ ਲਾਭ ਸਿੰਘ ਸੀ, ਇੱਕ ਦਾ ਨਾਂ ਸੀ ਗਿਰਗਿੱਤ ਚੰਦ। ਅੱਛਾ ਸਾਈ ਦਾਸ, ਉਹਦਾ ਨਾਂ ਸਾਈ ਦਾਸ ਗਿਰਗਿੱਤ ਚੰਦ ਦਾ ਜਿਹੜਾ ਬੇਟਾ ਸੀ। ਅੱਛਾ ਇਹ ਚਾਚਾ ਇਹਨਾਂ ਕੀ ਕੌਮ ਸੀ? ਇਹ ਜੱਟ ਬਲਾਰੀ, ਮਤਲਬ ਜੱਟ ਘੁਮਾਣ ਸਨ, ਇਹ ਵੀ ਜੱਟ ਘੁਮਾਣ, ਸਿਰਫ ਪਿੰਡਰਾਂ ਦਾ ਘਰ ਹੋਰ ਸੀ ਤੇ ਇੱਕ ਘਰ ਚੀਮਿਆਂ ਦਾ ਸੀ, ਸਿੱਖ ਸਨ। ਅੱਛਾ ਮੰਗਲ ਸਿੰਘ ਸੀ, ਉਹਦੇ ਬੇਟੇ ਹਨ ਦੋ, ਦਲੀਪ ਸਿੰਘ ਨਜ਼ਦੀਕ ਸਿੰਘ, ਦਲੀਪ ਸਿੰਘ ਦਲੀਪ ਸਿੰਘ ਦੋ ਪੁੱਤਰ ਸਨ। ਜਿਹੜਾ ਵੱਡਾ ਬੇਟਾ ਉਹ ਉਦੋਂ ਕੋਈ 24 ਸਾਲ ਦਾ ਸੀ ਜਦੋਂ ਇੱਥੋਂ ਰਵਾਨਾ ਹੋਇਆ, ਇੱਥੋਂ ਗਿਆ। ਨਿੱਕਾ ਬੇਟਾ ਜਿਹੜਾ ਉਹ ਕੋਈ 14-15 ਸਾਲ ਦਾ ਸੀ, ਮੰਗਲ ਸਿੰਘ ਉਹਨਾਂ ਦੇ ਪਿਓ ਦਾ ਨਾਮ। ਵੱਡਾ ਜਿਹੜਾ ਉਹ ਪੂਰਾ ਹੋ ਗਿਆ, ਨਿੱਕਾ ਜਿਹਾ ਹੈ ਰਾਬਤਾ ਹੁੰਦਾ। ਅੱਛਾ ਉਸ ਤੋਂ ਬਾਅਦ ਦੂਜਾ ਉਹਨਾਂ ਦੇ ਚਾਚੇ ਦਾ ਬੇਟਾ ਸੀ, ਉਹਦੇ ਨਾਲ ਸੀ ਸੇਵਾ ਸਿੰਘ। ਅੱਛਾ ਉਹਦੇ ਬੱਚੇ ਛੋਟੇ ਹਨ, ਨਿਆਣੇ ਹਨ, ਜਦੋਂ ਇੱਥੋਂ ਤੁਰ ਗਿਆ ਤਾਂ ਕੋਈ ਉੱਥੇ ਜਾ ਕੇ ਹੋਏ ਤਾਂ ਉਹਨਾਂ ਬੱਚਿਆਂ ਦਾ ਨਹੀਂ ਪਤਾ। ਹਾਂਜੀ ਬੱਚੇ ਉਹ ਆਏ ਹੈਨ ਇੱਕ ਤਰ੍ਹਾਂ ਇੱਥੇ ਬੜੇ ਹੋ ਗਏ 18-20। ਇਹ ਦਲੀਪ ਸਿੰਘ ਜਿਹਾ ਤੋਂ ਨਾ ਉਹ ਥੋੜ੍ਹੇ ਜਿਹੇ ਮਗਰੋਂ ਆਏ ਹੁੰਦੇ ਮੇਰਾ ਖਿਆਲ ਹੁੰਦਾ। ਆ ਉਹ ਜੋ ਉਹ ਸਨ ਜਾਏ ਸਨ ਜੀ ਇਹਦੇ ਪਿੰਡ ਵਿੱਚ ਕੋਈ ਉਹਨਾਂ ਦੇ ਆਪਣਾ ਹੈਗਾ ਸੀ ਮੰਦਰ ਜਾਂ ਦੂਸਰਾ? ਇਹ ਜੀ ਗੁਰਦੁਆਰਾ ਹੈ ਸੀ, ਗੁਰਦੁਆਰਾ ਸੀ, ਮੰਦਰ ਕੋਈ ਨਹੀਂ ਸੀ ਉੱਥੇ, ਕਿਉਂ ਹਿੰਦੀ ਦੇ ਘਰ ਥੋੜ੍ਹੇ ਸਨ। ਅੱਛਾ ਅਤੇ ਜਦੋਂ 1-2-4 ਘਰ ਹੋਣ ਤਾਂ ਉਹਨਾਂ ਵਿਚਾਰਿਆਂ ਨੂੰ ਮਸੀਤਾਂ ਕੀ ਬਣਾਉਣੀਆਂ ਹੁੰਦੀਆਂ, ਸੋਚਿਆ ਉਹ ਵੀ ਕੋਈ ਆਪਣੀ ਬੰਦੀ ਚੰਗੀ ਆਪਣੇ ਆਪਣੀ ਲੋੜ ਦੀ ਕਰ ਹੀ ਲੈਂਦੇ ਆ। ਆਹੋ ਆਪਣਾ ਮੰਨਣ ਬਣਾਉਣ ਉਹਨਾਂ ਨੂੰ, ਉਹਨਾਂ ਗੁਰਦੁਆਰਾ ਸਹੀ ਸੀ, ਗੁਰਦੁਆਰਾ ਸਹੀ ਸੀ, ਮਸੀਤ ਵੀ ਆਪਣੀ ਸੀ? ਨਹੀਂ ਮਸੀਤਾਂ ਨਹੀਂ ਉਹਨਾਂ ਦੀ, ਉਹਨਾਂ ਨੇ ਗੁਰਦੁਆਰੇ ਮੁਸਲਮਾਨ ਦੀ ਗੱਲ ਕਰਨਾ, ਮੁਸਲਮਾਨ ਸਾਡੀ ਜੋ ਮਸਜਿਦ ਆਇਆ ਸੀ ਨਾ ਹੁਣ ਵੀ 1000 ਨਵੇਂ ਸਿਰੇ ਤਿਆਰ ਕਰਵਾਈ ਗਈ, ਇੱਕ ਸੀ ਉਦੋਂ
ਉਦੋਂ ਵੀ ਸਾਡੀਆਂ ਮਸਜਿਦਾਂ ਛੋਟੀਆਂ ਹਨ ਦੋ, ਅਤੇ ਇੱਕ ਐਸ ਗੁੱਠੇ ਸੀ ਅਤੇ ਇੱਕ ਪਿੰਡੋਂ ਦੱਖਣ ਵਾਲਾ। ਅੱਛਾ, ਉਹ ਦੋ ਹਜੇ ਵੀ? ਉਹ ਅਜੇ ਵੀ ਦੋ ਹੈ ਅਤੇ ਤੀਜੀ ਇਹ ਵੇ, ਅਤੇ ਚੌਥੀ ਇੱਕ ਹੋਰ ਹੁਣ ਪਈ, ਇੱਕ ਹੋਰ ਅੱਠਾਂ ਸੱਤਾਂ ਸਾਲ ਬਾਅਦ ਹੀ ਹੋ ਗਈ। ਇਹ ਬਾਅਦ ਚਾਚਾ ਉਹਦਾ ਜਿਹੜਾ ਗੁਰਦੁਆਰਾ ਉਹਦਾ ਉੱਥੇ ਕੀ ਹੁਣ ਬਣਿਆ? ਉੱਥੇ ਜੀ ਹੁਣ ਰਹਿਸ਼ ਰਹਿੰਦੀ ਹੈ। ਰਹਿਸ਼ ਕੋਈ ਮਾਜਰ ਦੀ? ਮਾਜਰਾਂ ਦੀ। ਅੱਛਾ, ਉਹਨੂੰ ਅਲਾਟ ਹੋ ਗਿਆ? ਹਾਂ, ਉਹਨੂੰ ਅਲਾਟ ਹੋ ਗਿਆ, ਅਤੇ ਉੱਥੇ ਉਹ ਰਹਿੰਦੇ ਪੈਂਦੇ ਨੇ। ਅੱਛਾ ਅੱਛਾ। ਅਤੇ ਅੱਗੇ ਆ ਗਿਆ ਬਿਸ਼ਨ ਸਿੰਘ ਚੀਮਾ, ਉਹਦਾ ਚੀਮੇ ਹਨ, ਉਹਦਾ ਮੰਗਲ ਸਿੰਘ ਅਤੇ ਸੇਵਾ ਸਿੰਘ ਉਹ ਵੀ ਚੀਮੇ ਸਨ। ਅੱਛਾ ਅੱਛਾ। ਇਹ ਚਾਚੇ ਤਾਏ ਦੇ ਹਨ ਤਿੰਨੇ ਭਰਾ, ਅਤੇ ਬਿਸ਼ਨ ਸਿੰਘ ਦਾ ਪੁੱਤਰ ਸੀ ਧਰਮ ਸਿੰਘ। ਅੱਛਾ, ਉਹ ਜਦੋਂ ਇੱਥੋਂ ਗਏ ਨੇ ਧਰਮ ਸਿੰਘ ਆਪਣੀ ਜਵਾਨੀ 'ਚ ਪੂਰਾ ਕਾਇਮ ਦਹਿਮ ਸੀ, ਬਿਸ਼ਨ ਸਿੰਘ ਜਿਹੜਾ ਉਹ ਥੋੜ੍ਹਾ ਜਿਹਾ ਹੁਣ ਉਮਰ ਖਾ ਗਿਆ ਸੀ, ਅਤੇ ਇੱਥੋਂ ਮਤਲਬ ਰਵਾਨਾ ਹੋਏ। ਜਦੋਂ ਇੱਥੇ ਅੱਗਾਂ ਛੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ, ਚਾਰ ਚੁਫੇਰੇ ਵਾਧੇ ਘਾਟੇ ਹੋਣੇ ਸ਼ੁਰੂ ਹੋ ਗਏ, ਫਿਰ ਡੱਲੇ ਕੀ ਅੱਗ ਲੱਗ ਗਏ। ਤਾਰਾ ਸਿੰਘ ਦਾ ਜਲਦਰ ਦਾ ਪਿੰਡ ਸੀ ਉਹ ਵੀ, ਅਤੇ ਪਰਲੇ ਵਾਲੇ ਬੁੱਢੇ ਘਰਾਈਏ ਮੈਂ ਵਿੱਚ ਉਹ ਸਰਫਰਾਜ ਕੇ ਗੋਲਡਨ ਵਾਲ ਕੇ ਉਹ ਵੀ ਜਲਦਰ ਸਰਦਰ ਪਲੇ ਵੀ ਸ਼ਰੀਕਾ ਹੁੰਦਾ ਉਦੋਂ ਦੀ, ਇੱਕੋ ਜਿਹੀਆਂ ਪਾਰਟੀਆਂ ਹਨ। ਗੋਲਡਨ ਵਾਲ ਜੱਸਾ ਲੈ ਕੇ ਮਤਲਬ ਵੀ ਕੁਛ ਸੌ ਡੇਢ ਸੌ ਬੰਦੇ ਦਾ, ਅਤੇ ਉਹਨੇ ਪਿੰਡਾਂ ਦੇ ਵਿੱਚ ਫਿਰਨਾ, ਮਤਲਬ ਲੁੱਟਮਾਰ ਕਰਨੀ, ਕੋਠੇ ਸਾੜ ਛੜ ਕੁਝ ਕਰ ਛੜ ਜੋ ਉਹ, ਤਾਂ ਵਿਚਾਰਾ ਇੱਕ ਤੁਰ ਗਿਆ ਪਰਦੇਸੀ ਹੋ ਗਿਆ, ਉਹਨਾਂ ਦੇ ਮਗਰੋਂ ਪਏ ਵੀ ਸਾੜੀਏ ਤਾਂ ਫਾਇਦਾ ਕੀ ਹੈ? ਕੋਈ ਹੈ ਫਾਇਦਾ ਉਹਦਾ? ਭਾਵੇਂ ਕਿਸ ਵੀ ਮਜ਼ਬ ਲਿਆ। ਹਾਂਜੀ, ਬਿਲਕੁਲ। ਅੱਛਾ, ਪਰ ਇਹ ਲਟੇਰੇ ਹਨ, ਲੁੱਟਮਾਰ ਕਰਦੇ ਹਨ, ਹੋਰ ਕੱਖ ਨਹੀਂ ਕਰਦੇ। ਉਸ ਤੋਂ ਬਾਅਦ ਚਾਚੀ ਥੋੜ੍ਹਾ ਸਾਨੂੰ ਇੱਥੋਂ ਫਿਰ ਕਰ ਲੈਂਦੇ ਸਟਾਰਟ। ਤੁਸੀਂ ਥੋੜ੍ਹਾ ਦੱਸਿਆ ਕਿ ਜਦੋਂ ਇੱਥੇ ਸਿੱਖ ਰਹਿੰਦੇ ਸਨ, ਹਾਂਜੀ, ਤੁਸੀਂ ਮੁਸਲਮਾਨ ਵੀ ਸੋ, ਹਾਂਜੀ, ਕੁਛ ਘਰ ਹੋਣਗੇ ਨਾ, ਜ਼ਿਆਦਾ ਸਿੱਖਾਂ ਦੇ ਹੈ ਜਾਂ ਮੁਸਲਮਾਨਾਂ ਦੇ? ਨਹੀਂ, ਜ਼ਿਆਦਾ ਤਾਦਾਦ ਉਹਨਾਂ ਦੀ ਸੀ, ਸਾਡੀ ਥੋੜ੍ਹੀ ਸੀ, ਮਰਲੇ ਵੀ ਉਹਨਾਂ ਦੇ ਜ਼ਿਆਦਾ ਹਨ। ਅੱਛਾ, ਅਸੀਂ ਇੱਕ ਖਾਨਦਾਨ ਹਾਂ ਅਤੇ ਸਾਡਾ ਇੱਕ ਖੂਹ ਸੀ। ਚਲੋ, ਜਿਵੇਂ ਉਹਦੇ ਕੋਲ 60 ਕੁ ਮਾਂ ਸੀ ਜਾਂ 70 ਕੁ ਮਾਂ ਸੀ ਜਾਂ ਜਿੰਨੀ ਵੀ ਹੈ ਸੀ। ਅੱਛਾ, ਦੂਜੀ ਸਾਰੀ ਉਹਨਾਂ ਦੀ, ਇੱਕ ਬਲਾਰੀ ਸਾਡੀ ਦੂਜੀ ਹੋਰ ਸੀ ਨਾਲ, ਉਹ ਥੋੜ੍ਹਾ ਜਿਹਾ ਸਾਡੇ ਤੋਂ ਸ਼ਰੀਕਾ ਥੋੜ੍ਹਾ ਜਿਹਾ ਹਟਵਾਂ ਸੀ। ਅੱਛਾ, ਅਤੇ ਇਹ ਤਾਂ ਅਸੀਂ ਇੱਕੋ ਦਾਦੇ ਬਲਾਰੀ ਨਸਲ ਨਾ, ਜਿਹੜੇ ਮੈਂ ਹੁਣ ਪਤਾ ਸਾਂ ਸਾਡਾ ਖੂਹ ਜਿਹੜਾ ਆਪਣਾ ਸੀ। ਅੱਛਾ ਅੱਛਾ, ਇਹ ਤੁਹਾਡੇ ਲੱਗਦੇ ਸਨ? ਹਾਂ, ਗਏ ਪਿੰਡ ਵਿੱਚ ਘਰ ਜਿਹੜੇ ਕੱਚੇ ਪੱਕੇ ਕਿਹਦੇ ਜ਼ਿਆਦਾ ਖੂਬਸੂਰਤ ਸਨ? ਜਿਹੜੇ ਪੱਕੇ ਕਿੰਨਾ ਕੱਚੇ ਥੋੜ੍ਹਾ ਦੱਸੋ। ਕੱਚੇ ਘਰ ਇੱਕ ਚੰਗਾ ਉਸ ਵਕਤ ਦਾ ਨਾਮੀਨੇਟ ਈਸ਼ਰ ਸਿੰਘ ਦਾ ਬਣਿਆ ਸੀ। ਅੱਛਾ, ਇੱਕ ਧਰਮ ਸਿੰਘ ਦਾ ਬਣਿਆ ਸੀ, ਇੱਕ ਤਾਰਾ ਸਿੰਘ ਦਾ ਬਣਿਆ ਸੀ, ਉਹਦੀ ਵੀ ਸਿਰਫ ਇੱਕ ਬੈਠਕ ਸੀ ਤੋਂ ਜੋ ਉਹਨੇ ਚੱਜ ਵਰਦੀ ਬਣਾ ਛੱਡੀ। ਅੱਛਾ, ਉਸ ਤੋਂ ਬਾਅਦ ਨਾ ਫਿਰ ਮਕਾਨ ਰੀਤ ਸਿੰਘ ਲੰਬੜਦਾਰ ਦੇ ਵੀ ਠੀਕ ਸਨ, ਹੈ ਕੱਚੇ ਸਨ, ਉਂਝ ਉਹਨੇ ਨਾਲ ਜਿਹੜੀ ਲੱਕੜੀ ਪਾਈ ਸੀ ਨਾ, ਉਹ ਸਾਰੇ ਲੋਕ ਨਹੀਂ ਹੁਣ ਪਾ ਸਕਦੇ ਉਸ ਟਾਈਮ। ਉਸ ਟਾਈਮ ਚੰਗੀ ਵਧੀਆ ਚੰਗੀ ਪਾਈ। ਅੱਛਾ, ਇਹ ਹਾਂਜੀ ਚਬਾਰਾ ਵੀ ਹੈ ਸੀ, ਉਹ ਕਿਹਦਾ ਸੀ? ਉਹ ਈਸ਼ਰ ਸਿੰਘ ਦਾ ਸੀ। ਧਰਮ ਸਿੰਘ ਦਾ ਮਕਾਨ ਚੰਗਾ ਸੀ। ਅੱਛਾ, ਸੇਵਾ ਸਿੰਘ ਨੇ ਵੀ ਕੋਈ ਬੈਠਕ ਛੜਕ ਬਣਾਈ ਸੀ, ਲੋੜ ਜੋਗਾ ਗੁਜ਼ਾਰਾ ਵਾਹਵਾ ਕੀਤਾ ਸੀ ਉਹਨੇ। ਅੱਛਾ, ਅੱਗੇ ਲਾਭ ਸਿੰਘ ਦਾ ਘਰ ਸੀ, ਉਹਨੇ ਵੀ ਮਤਲਬ ਮੱਥਾ ਛੱਥਾ ਪੱਕਾ ਕੀਤਾ ਸੀ ਆਪਣਾ। ਅੱਛਾ, ਉਹਦੇ ਚਾਰ ਪੁੱਤਰ ਸਨ, ਹਰਨਾਮ ਸਿੰਘ, ਤਾਰਾ ਸਿੰਘ, ਥਾਣੇਦਾਰ ਸੀ ਈਸ਼ਰ ਸਿੰਘ। ਅੱਛਾ, ਉਸ ਟਾਈਮ ਦੇ ਥਾਣੇਦਾਰ ਸੀ ਵੱਡਾ। ਅੱਛਾ, ਹਾਂ, ਨਾਲੇ ਮਾਲਕ ਵੀ ਬੜਾ ਵੱਡਾ ਸੀ ਨਾ, ਹਾਂਜੀ, ਉਹ ਪਿੰਡਰ ਸੀ ਦਾ। ਅੱਛਾ, ਉਹ ਪਿੰਡਰ ਸੀ ਦਾ, ਉਹ ਪਿੰਡ ਥਾਣੇਦਾਰ ਕੀ ਸੀ ਨਾਮ ਥਾਣੇਦਾਰ ਦਾ? ਈਸ਼ਰ ਸਿੰਘ। ਈਸ਼ਰ ਸਿੰਘ, ਹਾਂਜੀ, ਈਸ਼ਰ ਸਿੰਘ ਸੀ। ਅੱਛਾ, ਜੀ ਆਪਣੇ ਮੁਸਲਮਾਨ ਅਤੇ ਸਿੱਖ ਜਿਹੜੇ ਤੁਸੀਂ ਇੱਥੇ ਰਹਿੰਦੇ ਹੋ ਸਾਰੇ, ਇਹਨਾਂ ਦੀ ਕੋਈ ਵਰਤੋਂ ਭਾਜੀ ਹੈ ਸੀ ਮਿਲਣ ਜੀ? ਵਰਤੋਂ ਭਾਜੀ ਸਾਡੀ ਇਹਨਾਂ ਦੀ ਇਸ ਤਰ੍ਹਾਂ ਦੀ ਸੀ ਵੀ ਅਸੀਂ ਐਵੇਂ ਗਲਤ ਗੱਲ ਨਹੀਂ ਕਰਨੀ, ਪਹਿਲੋਂ ਜਿਹੜੇ ਹਨ ਨਾ ਪਹੁੰਚ, ਕੋਈ 10 ਸਾਲ ਜਾਂ 12 ਸਾਲ ਪਾਕਿਸਤਾਨ ਬਣਨ ਤੋਂ ਪਹਿਲੋਂ, ਉਜਾੜਿਆਂ ਤੋਂ ਪਹਿਲਾਂ, ਉਦੋਂ ਲੰਗਰ ਪਾਣੀ ਜੀ ਉੱਧਰ ਵਿਆਹ ਦਾ ਅਤੇ ਮੁਸਲਮਾਨਾਂ ਵੀ ਬਹਿ ਕੇ ਖਾ ਪੀ ਲਿਆ, ਅਤੇ ਜੇ ਇੱਧਰ ਤਾਂ ਉਹ ਵੀ ਖਾ ਲਈ ਗਿਆ, ਉਹ ਵੀ ਫਿਰ ਕੋਈ ਨਫ਼ਰਤ ਲੱਗ ਪਏ ਕਰਨ ਥੋੜ੍ਹੀ ਜਿਹੀ, ਅਤੇ ਸਾਡੇ ਜਿਹੜੇ ਮੁਸਲਮਾਨ ਨੇ ਇਹ ਵੀ ਫਿਰ ਨਫ਼ਰਤ ਕਰ ਗਏ ਇਸ ਚੀਜ਼ ਤੋਂ। ਫਿਰ ਵਿਆਹਾਂ ਸ਼ਾਦੀਆਂ 'ਤੇ ਜਾਣਾ, ਅਸੀਂ ਗਏ ਹਾਂ ਨਾ ਉਹ ਨਾਲ, ਅਤੇ ਉਹਨਾਂ ਸਾਨੂੰ ਕੱਚੀ ਰੋਟੀ ਦੇ ਦਿੱਤੀ, ਕੱਚੀ ਰੋਟੀ ਆਪ ਹੀ ਜਾ ਕੇ ਘਰ ਪਕਾ ਕੇ ਅਤੇ ਖਾ ਲਿਆ ਜੇ। ਅੱਛਾ, ਉਹਦਾ ਖਰਚਾ ਵਰਚਾ ਜਿੱਤਣਾ ਵੀ ਹੈ ਨਾ, ਉਹ ਸਾਰਾ ਉਹਨਾਂ ਦੇਣਾ, ਅਤੇ ਇਸ ਘਰ ਦੇ ਇੰਨੇ ਜੀ ਨੇ ਇੰਨੀ ਰੋਟੀ ਪਕੜੀ, ਇੰਨਾ ਖਰਚਾ,
ਸਾਡੇ ਵੱਲੋਂ ਆਏ ਨੇ ਤੇ ਅਸਾਂ ਵੀ ਉਹਨਾਂ ਨੂੰ ਇਸੇ ਤਰ੍ਹਾਂ ਹੀ ਵਰਤੋਂ ਦੇਣੀ, ਕੱਚੀ ਦੇ ਦੇਣੀ, ਇਸ ਤਰ੍ਹਾਂ ਚੱਲਦਾ ਰਿਹਾ ਕੰਮ। ਤੇ ਚਲੋ ਵਿੱਚ ਜਿਹੜਾ ਕੋਈ ਛੁੰਡ ਬੈਠ ਅਸਾਂ ਦੇ ਮੁੰਡੇ ਜਿਹੇ ਹੁੰਦੇ ਹਨ, ਇਹ ਖਾ ਪੀ ਵੀ ਜਾਂਦੇ ਹਨ। ਉੱਥੇ ਹੁਣ ਗੁਰਦੁਆਰੇ ਉੱਥੇ ਉਹਨਾਂ ਦਾ ਧਰਮ ਵਾਲੇ ਉੱਥੇ ਬਹਿੰਦੇ ਹਨ ਰਾਤ ਨੂੰ, ਤਾਂ ਮਤਲਬ ਕਿ ਉਹਨਾਂ ਵੰਡ ਵੰਡੇ ਕਰਨੇ ਬਾਗ ਤੱਕ। ਅਤੇ ਸਾਡੇ ਆਹ ਮੁੰਡੇ ਮੁੰਡੇ ਜਿਹੜੇ ਨੇ ਅੱਠ ਅੱਠ ਦਸਾਂ ਦਸਾਂ ਬਾਰਾਂ ਬਾਰਾਂ ਸਾਲਾਂ ਦੇ, ਇਹ ਖਾ ਪੀ ਆਉਂਦੇ ਹਨ। ਪਹਿਲਾਂ ਇਹਦੇ ਵਿੱਚ ਕੀ ਬੜੇ ਆ, ਖੈਰ ਥੱਲੇ ਕੁਝ ਵੀ ਨਹੀਂ ਹੋ ਜਾ। ਆਹੋ ਇਸੇ ਤਰ੍ਹਾਂ ਵੀ ਦਿੰਦੇ ਸਾਂ, ਬਿਲਕੁਲ। ਹੁਣ ਇੱਕ ਕਾਪੀ ਉਸ ਟਾਈਮ ਦੀ ਇੱਕ ਹੈ ਸਹੀ, ਪਰ ਹੁਣ ਮਕਾਨ ਬਦਲ ਗਏ ਨੇ, ਹੁਣ ਪਤਾ ਨਹੀਂ ਕਿਸੇ ਸੁੱਟ ਸਟਾ ਛੱਡੀ ਉਹਨੂੰ। ਮੇਰੇ ਤੇ ਨੋਟਿਸ ਤੋਂ ਜੋ ਕਿ 20 ਸਾਲ ਹੋ ਗਏ ਨੇ ਮੇਰੇ ਤੋਂ ਬਾਹਰ ਹੈ ਉਹ, ਅਜੇ ਵੀ ਲਿਖੇ ਕਿਸੇ ਦੀ 2 ਰੁਪਈਏ ਨਹੀਂ ਆਉਂਦਾ, ਕਿਸੇ ਦਾ ਰੁਪਈਆ ਨਹੀਂ ਆਉਂਦਾ, ਉਹਦਾ ਵੀ ਬੜਾ ਹੋਣਾ। ਉਹ ਵੀ ਕੋਈ ਨਿਕਾਹ ਜਿਹਾ ਸੀ, 5000 ਜਿਵੇਂ ਹਾਂ, ਕੋਈ ਨਿਕਾਹ ਜਿਹਾ ਸੀ। ਇੱਕ 100 ਰੁਪਈਆ ਹੋਵੇ ਤਾਂ ਮੁੰਡਾ ਢਕਾ ਟਕੂ ਲਿਆਈਦਾ, ਵਿਆਹ ਕਰ ਲਈਦਾ ਸੀ। ਕਿਹੜਾ ਉਸ ਵਕਤ ਮਤਲਬ ਵਿਆਹ ਪਰ ਆਉਂਦੇ ਆ, ਦੁਆਨੀਆਂ ਨਾਲ ਚੁਆਨੀਆਂ ਠਿਆਣੀਆਂ ਨਾਲ ਚੀਜ਼ਾਂ ਆਉਂਦੀਆਂ ਹਨ। ਦਸਾਂ ਦੀ ਵੀਹਾਂ ਦੀ ਮੱਝ ਚੰਗੀ ਆਉਣੀ, ਅੰਮ੍ਰਿਤਸਰ ਦੀ ਮੰਡੀ ਲੱਗਦੀ, ਉੱਥੇ ਉਹਨੇ ਮਤਲਬ ਵੀ ਅੰਗਰੇਜ਼ ਨੇ ਜੁਰਮਾਨਾ ਰੱਖ ਦਿੱਤਾ ਸੀ, ਜਿਹੜਾ 100 ਰੁਪਈਏ ਦੀ ਮੱਝ ਖਰੀਦੇਗਾ ਔਰ ਉਹਨੂੰ ਜੁਰਮਾਨਾ ਲੱਗੇਗਾ। 100 ਦੀਆਂ 4 ਤੋਂ ਲਵੇ 5 ਰੁਪਈਆਂ ਦੀਆਂ, ਤੇ ਜੇ ਇੱਕ ਮਰ ਵੀ ਜਾਏ ਤਾਂ ਵੀ 3 ਤਾਂ ਬਚੀਆਂ ਰਹਿਣ। ਪਰ 100 ਦੇ ਕੇ ਇੱਕ ਲਿਆਵੇ ਤੂੰ, ਜੇ ਕਿਤੇ ਮਰ ਜਾਏ ਤਾਂ ਕਿਹਨੂੰ ਲਾ ਰਿਹਾ ਜਾਏਗਾ। ਸਿਆਣ ਹੁੰਦਾ ਸੀ ਅੰਗਰੇਜ਼ ਦੀ ਇਸ ਗੱਲ ਦੀ। ਚਾਚੀ ਨਾਲ ਦੇ ਪਿੰਡਾਂ 'ਚ ਪਤਾ ਕੋਈ ਸਿੱਖ ਮਸ਼ਹੂਰ ਹੋਵੇ ਕੋਈ ਕੰਮ ਕਰ ਨਾਲ ਜਿਹੜੇ ਪਿੰਡ ਨੇ, ਜੇ ਦੱਸ ਕੇ ਅੰਮ੍ਰਿਤ ਸਿੰਘ ਸਿੱਖ ਹੋਇਆ ਜਲਦਾਰ ਸੀ। ਅੱਛਾ, ਉਹ ਵੀ ਜਲਦਾਰ ਸੀ। ਹਾਂਜੀ, ਦੱਸ ਕੇ ਸ਼ਹਿਰ ਦਾ ਸੀ, ਦੱਸ ਕੇ ਸ਼ਹਿਰ ਦਾ। ਅੱਛਾ, ਸ਼ਬਦੇਵ ਸਿੰਘ ਹੋਇਆ ਉਹ ਜਲਦਾਰ ਨਹੀਂ ਸਨ। ਅੱਛਾ, ਇਹ ਅੰਮ੍ਰਿਤ ਸਿੰਘ ਜਿਹੜਾ ਇਹ ਨਵੇਂ ਦੱਸ ਕੇ ਦਾ ਸੀ, ਜੈਲਦਾਰੀ ਉਹਦੇ ਨਾਂ 'ਤੇ ਸੀ। 4.5 ਹੀ ਸਰ ਜੀ ਖਰੂਲਾ ਤੇ ਗਏ ਹਨ, ਪਰ ਰੂਟ ਤਾਂ ਬੜਾ ਵੱਡਾ ਸੀ, ਪਰ ਜੈਲਦਾਰੀ ਨਹੀਂ ਸੀ ਇਹਨਾਂ। ਅੱਛਾ, ਹਾਂਜੀ, ਮੋਰਾਂ ਵਾਲੀ ਕੋਠੀ ਦਸਕੇ ਦੇ ਵਿੱਚ ਮਸ਼ਹੂਰ ਸੀ। ਅੱਜ ਵੀ ਖੁੜੇ ਕੋਈ ਹਜ਼ਾਰਾਂ ਕੋਠੀਆਂ ਦਸਕੇ 'ਚ ਪੈ ਗਈਆਂ, ਪਰ ਨਾ ਕਿਸੇ ਦਾ ਨਹੀਂ ਚੱਲਣਾ, ਉਹਦੇ ਚੱਲਦਾ ਨਾ ਉਸੇ ਕੋਠੀ ਦਾ। ਅੱਜ ਵੀ ਦਸਕੇ ਦੇ ਕਿਸੇ ਕੋਨੇ 'ਚੋਂ ਪੁੱਛ ਲਏ ਵੀ ਮੋਰਾਂ ਵਾਲੀ ਕੋਠੀ ਜਾਣਾ, ਆਹੀ ਸਭ ਖਲੋਤਾ ਕੋਈ ਖਲੋਤਾ ਹੈ। ਅੱਛਾ, ਉਹਨਾਂ 4 ਏਕੜ ਜ਼ਮੀਨ ਵਲ ਕੇ ਇਹਨਾਂ ਨੇ ਸ਼ਬਦੇਵ ਸਿੰਘ ਗਿਆ, ਚੰਗੀ ਦੁਆਰ ਉੱਥੇ ਕਰਕੇ, ਵਿੱਚ ਬਗੀਚੇ ਲੱਗੇ, ਵਿੱਚ ਬੜਾ ਕੁਛ ਸੀ। ਉਹ ਜੇ ਸਾਡਾ ਸਰਕਾਰੀ ਸਿਵਲ ਹਸਪਤਾਲ ਹੈ, ਉਹ ਵੀ ਉਹਨਾਂ ਨੇ ਜਗ੍ਹਾ ਦੇ ਕੇ ਉਦੋਂ ਪਵਾਇਆ। ਹਾਂਜੀ, ਉਸ ਵਕਤ ਦੌਰ ਦੇ ਵਿੱਚ ਅੰਗਰੇਜ਼ ਰਾਜ ਦੇ ਵਿੱਚ। ਅੱਛਾ, ਉਹ ਇਸੇ ਤਰ੍ਹਾਂ ਮੇਰਾ ਪੁੱਤਰ ਇਹ ਕੰਮ ਚੱਲੇ ਨੇ ਸਾਰੇ। ਚਾਚੀ, ਇਹਨਾਂ ਦੇ ਸਿੱਖਾਂ ਵਿੱਚੋਂ ਕੋਈ ਜਾਂ ਆਪਣੇ ਮੁਸਲਮਾਨਾਂ 'ਚੋਂ ਤੁਹਾਡੇ ਜਿਹੜੇ ਜਿੰਨੇ ਵੀ ਵਡੇਰੇ ਸਨ ਆਪਣੇ, ਇਹਨਾਂ ਵਿੱਚੋਂ ਜਵਾਨ ਕੋ ਦੱਸੋ ਕਿਹੜੇ ਹਨ ਸਿੱਖਾਂ ਦੇ ਆਪਣੇ ਮੁਸਲਮਾਨਾਂ ਦੇ, ਹੱਡ ਪੈਰ ਵਾਲੇ ਭਲਵਾਨ ਲਾ ਲਓ ਜਾਂ ਸੁਹਾਗਾ ਸੁੱਗਾ ਚੁੱਕਣ ਵਾਲੇ ਕੋਈ ਮਸ਼ਹੂਰ ਹੈ ਵਿੱਚ, ਕੋਈ ਜਿਵੇਂ ਦੇ ਸ਼ੌਕ ਸ਼ੁਕਾਂ ਦੇ ਬੜਾ ਹੁੰਦਾ ਸੀ। ਵੇਖੋ ਜੀ, ਉਸ ਵਕਤ ਦਾਦਾ ਜੀ ਸਾਡਾ ਮਤਲਬ ਵੀ ਤਾਇਆ ਲੱਗਦਾ ਸੀ, ਮਤਲਬ ਵੀ ਹਯਾਤ ਲੰਬਰਦਾਰ ਸੀ ਉਹਦਾ ਨਾਂ। ਅੱਛਾ, ਚੰਗਾ ਜਵਾਨ, ਚੰਗਾ ਮਤਲਬ ਉਹ ਬਾਹਰ ਅੰਦਰ ਦੂਰ ਨੇੜੇ ਵੀ ਜਾ ਕੇ ਮੈਦਾਨ ਕੀਤੇ ਸੀ, ਅਸੀਂ ਐਵੇਂ ਪਿਆ ਸੀ। ਅੱਛਾ, ਅਨੋਖ ਸਿੰਘ ਸੀ ਉਹ ਚੰਗਾ ਬੱਲੇ। ਅੱਛਾ ਅੱਛਾ, ਇੱਕ ਸਾਡੇ ਮਤਲਬ ਵੀ ਸਾਡੀ ਉਹ ਫੁੱਫੀ ਦਾ ਪੁੱਤਰ ਹੀ ਲੱਗਦਾ ਸੀ ਸਾਡੇ ਵਡੇਰਿਆਂ ਜੀ ਦਾ, ਹਯਾਤ ਸੀ ਉਹਦੇ ਨਾਂ 'ਤੇ, ਪੱਡਾ ਉਹਦੀ ਰਾਤ ਸੀ, ਅਤੇ ਉਂਝ ਪਿੰਡ ਉਹਦਾ ਰਾਵੀ ਦੇ ਕੰਢੇ 'ਤੇ ਸੀ, ਮੁਸਲਮਾਨ ਸੀ, ਸਾਡਾ ਰਿਸ਼ਤੇਦਾਰ ਸੀ। ਨਹੀਂ ਨਹੀਂ, ਉਹ ਚਲੋ ਉੱਧਰ ਕਿਸੇ ਵਜ੍ਹਾ ਕਦਰ ਦੇ ਨਾਲ ਮਤਲਬ ਵੀ ਆਟੋ ਆਇਆ ਇੱਥੇ ਸਾਡੇ ਕੋਲ, ਇੱਥੇ ਹੋ ਰਿਹਾ ਪਿਆ। ਹਯਾਤ ਪੱਡਾ ਜਿਹੜਾ ਗੱਲ ਪਈ, 1 ਨੰਬਰ ਭਲਵਾਨ ਸੀ ਉਹ, ਹਕੀਕਤ ਤੁਹਾਨੂੰ ਦੱਸੀ ਗੱਲ। ਅੱਛਾ, ਅੱਗੇ ਸਾਡੇ ਇੱਥੇ ਆ ਗਿਆ ਕਿ ਅੱਲਾ ਰੱਖਾ ਸਾਈ ਸੀ, ਉਹ ਵੀ ਚੰਗਾ ਘੁਲਦਾ ਸੀ ਉਸ ਦੌਰ ਜ਼ਮਾਨੇ 'ਚ। ਅੱਛਾ, ਵੇਖੇ ਨੇ ਬੰਦੇ ਦੇ। ਹਾਂਜੀ, ਅੱਛਾ, ਉਹ ਪਾ ਲੈ, ਉਹ ਚਲੋ ਇਸੇ ਤਰ੍ਹਾਂ ਕਰਦੇ ਹਾਂ ਕਤਰਦੇ ਹਾਂ। ਅਤੇ ਇਸੇ ਤਰ੍ਹਾਂ ਫਿਰ ਮੁੰਡੇ ਵਿਰਦੇ ਫਿਰ ਸਾਰੇ ਹੀ ਹੱਥ ਛੱਡ ਉਦੋਂ ਪਾਉਂਦੇ ਹਨ, ਹੁਣ ਜ਼ਮਾਨਾ ਬਦਲ ਗਿਆ ਪੁੱਤਰ, ਹੁਣ ਇਹਨਾਂ ਕੰਮਾਂ ਵਾਲ ਕੋਈ ਹੁੰਦਾ ਹੀ ਕੋਈ ਨਹੀਂ, ਹੁੰਦਾ ਹੀ ਕੋਈ ਨਹੀਂ ਕੋਈ ਵੀ ਹੈ।
ਨਹੀਂ ਤਾਂ ਆਮ ਦਿਹਾਤੀ ਜਿਹੜੀ ਆ ਸਾਡੇ ਆ ਜੱਟਾਂ ਜ਼ਿਮੀਂਦਾਰਾਂ ਦੇ ਪੁੱਤੋਂ ਸਨ, ਅੱਜ ਉਹ ਚੇਤਾ ਭੱਗਣ ਨੂੰ ਲਾਈ ਸਾਰੇ ਸੁਹਾਗੇ ਵੱਡੇ ਹੁੰਦੇ ਹਨ। ਆਹ ਮੈਂ ਤੁਹਾਨੂੰ ਦੱਸਾਂ ਇਹਦਾ ਜਿਹੜਾ ਬੱਚੋ ਕੋ ਚਾਰ ਯੋਜਮਾਈ ਕਰਦੇ ਹਨ, ਇਹਦੇ ਵੱਡਾ ਬੰਦਾ ਤੁਹਾਨੂੰ ਮੈਂ ਦੱਸਿਆ ਦੋ ਚਾਰ, ਇਹਦੇ ਵੱਡੇ ਭਲਵਾਨ ਸਨ ਨਾ। ਅੱਛਾ ਅੱਛਾ ਦੂਰ ਨੇੜੇ ਅਨੋਕ ਸਿੰਘ ਦੀ ਇੱਥੇ ਮਲਵਾ ਚੌਂਕ ਜਿਹੜਾ ਸਾਡਾ ਇੱਥੇ ਆਇਆ ਇੱਕ, ਇੱਥੇ ਉਹਦੀ ਤਖਤੀ ਲੱਗੀ ਸੀ ਅਨੋਕ ਸਿੰਘ ਪਹਿਲਵਾਨ ਦੀ। ਅੱਛਾ ਅੱਛਾ ਉਹਦੇ ਆ ਮਗਰੋਂ ਆ ਲੋਕਾਂ ਨੇ ਖਾ ਪੁੱਟ ਪੱਟ ਛੜੀ ਖਾ ਪੀ ਛੜੀ ਹੈ, ਉਹ ਅਸੀਂ ਛੋਟੇ ਛੋਟੇ ਆਹ ਵੀ ਵੇਖੀ। ਅੱਛਾ ਅਤੇ ਇਸੇ ਤਰ੍ਹਾਂ ਇਹ ਕੰਮ ਚੱਲਦੇ ਰਹੇ ਨੇ ਉਹ ਦੌਰ ਜ਼ਮਾਨੇ ਦੇ ਵਿੱਚ। ਮੇਰਾ ਕਿਵੇਂ ਉਹ ਜੀ ਇਸੇ ਤਰ੍ਹਾਂ ਨਿਕਲੇ ਵੀ ਅਸੀਂ ਉਹਨਾਂ ਨੂੰ ਜਾਣ ਨਹੀਂ ਹਨ ਦਿੰਦੇ। ਅੱਛਾ ਤੁਸੀਂ ਰੋਕਦੇ ਹੋ ਕਿ ਪ੍ਰਭੂ ਤੁਹਾਨੂੰ ਨਹੀਂ ਜਾਣਦੇ, ਹਵਾ ਵੱਲ ਵੀ ਨਹੀਂ ਨਹੀਂ ਕੋਈ ਸ਼ਾਇਦ ਰਹਿੰਦੀ, ਕੋਈ ਐਸੀ ਗੱਲ ਨਹੀਂ। ਇੱਕ ਮਹੀਨਾ ਪੂਰੇ 20 ਦਿਨ ਅਸਾਂ ਇੱਥੇ ਤਣ ਕੇ ਰੋਕੀ ਰੱਖਿਆ। ਰਾਤ ਨੂੰ ਮਤਲਬ 50-60 ਬੰਦੇ ਜਿਹੜੇ ਨੇ ਨਾ, 10 ਬੰਦੇ ਉੱਥੇ ਬੈਠੇ ਨੇ ਚੜ੍ਹਦੇ ਪਾਸੇ ਮੁਸਲਮਾਨ ਵਿੱਚ, ਉਹ ਵੀ ਰੜ ਕੇ ਰੜ ਕੇ ਬੈਠੇ ਹੁੰਦੇ ਹਨ। 10 ਪਿੰਡ ਬੰਦੇ ਪਿੰਡੋਂ ਦੱਖਣ ਨੇ, ਇੱਧਰ ਨੇ, ਲਹਿੰਦੇ ਨੇ, ਹਾਂਜੀ ਟੱਲੀ ਕੋਲ ਉਹ ਵੱਜਦੀ ਜਾਂਦੀ ਹੈ ਬਈ, ਅਤੇ ਪਿੰਡ ਦੇ ਦੁਆਲੇ ਪੈਰਾ ਪੈ ਦਿੱਤਾ ਜਾਂਦਾ, ਉਹ ਟੱਲੀ ਉਹ ਜੁੱਟ ਨੂੰ ਫੜਾ ਹੈ, ਅਗਲਾ ਤੂੰ ਉਹ ਉਦੋਂ ਅਗਲੇ ਨੂੰ ਫੜਾ ਹੈ। ਇਸ ਤਰ੍ਹਾਂ ਪਿੰਡ ਦਾ ਧਿਆਨ ਰੱਖਣਾ, ਬੱਚਾ ਲਾਂਭੋ ਨਾ ਕੁਛ ਹੈ ਪੈ ਗਿਆ ਉਹਦਾ। ਅਖੀਰ ਵਕਤ ਚੱਲਦਾ ਰਿਹਾ। ਅੱਛਾ ਜੀ ਵਕਤ ਚੱਲਦਾ ਰਿਹਾ, ਕੋਈ ਦਿਹਾੜੇ 10 ਜਾਂ 20 ਲੱਗੇ ਅਤੇ ਗਲੋਟੀ ਮਤਲਬ ਦੋਵਾਂ ਗਲੋਟੀਆਂ ਦੇ ਵਿਚਕਾਰ ਇੱਕ ਚੌਂਕ ਆਉਂਦਾ ਸੀ, ਹੁਣ ਤਾਂ ਮਲ ਮੁਲ ਕਿੱਦਾਂ ਰੈਸ਼ ਹੋ ਗਈ ਹੈ, ਅਤੇ ਉਂਝ ਉਦੋਂ ਖਲ ਮਖਾਲੀ ਸੀ, ਜ਼ਮੀਨ ਵਹਿਗ ਸੀ, ਵਗਦੀ ਸੀ ਉਹ। ਉੱਥੇ ਇਹ ਸਾਡੇ ਚਾਰ ਚਫੇਰ ਦੇ ਜਿੰਨੇ ਪਿੰਡ ਧਾਮੁਕ, ਤਲਿਆੜਾ, ਰਾਮ ਰਾਈਆਂ, ਥੱਲੋ ਗਏ, ਇੱਧਰ ਪਿੰਡ ਉੱਤੋਂ ਪਾਸੇ ਹਰਨਿਆਈ ਹੋ ਗਈ, ਇੱਧਰੋਂ ਮਤਲਬ ਲਡੇ ਹੋ ਗਏ, ਸਾਰਾ ਇਕੱਠ ਇੱਥੇ ਹੁੰਦਾ ਜਾਂਦਾ ਸੀ। ਇੱਥੇ ਕੋਈ ਕਮ ਸੇ ਕਮ ਘੱਟ ਵੀ ਸੀ ਕੋਈ ਮਤਲਬ ਕੋਈ 150-200 ਕਿੱਲੇ ਦੇ ਵਿੱਚ ਦੁਨੀਆ ਹੀ ਦੁਨੀਆ ਇੱਥੇ ਤੁਹਾਨੂੰ ਬੈਠੀ ਸੀ। ਉੱਥੇ ਕੋਈ ਬਰਕੀ ਥੋੜ੍ਹੀ ਬਾਰੀ ਪਕਾ ਲੈਣੀ ਅਤੇ ਖਾ ਲੈਣੀ ਅਤੇ ਬੈਠੀ ਸੀ ਦੁਨੀਆ ਇਕੱਠੀ ਹੋ ਗਈ ਸਿੱਖਾਂ ਦੀ। ਉਹ ਇੱਧਰ ਜਸੇ ਪੈਣ ਲੱਗ ਪਏ, ਕਿਹੜੇ ਪਿੰਡ ਵਾਲੇ, ਇੱਧਰ ਬੁੱਢੇ ਘਰਾਂ ਵਾਲ ਡੱਲੇ ਕੀ ਚੇਲੇ ਕੀ ਅੱਗਾਂ ਲੱਗਣ ਲੱਗ ਪਏ। ਇਹ ਗੋਲਨਵਾ ਜ਼ੈਲਦਾਰ ਸੀ ਇਸ ਦਾ ਬੁੱਢੇ ਘਰਾਂ ਦਾ, ਇਹਨੇ ਜੁੱਟ ਬੜਾ ਕੋਈ 100-150 ਬੰਦੇ ਦਾ ਮਤਲਬ ਕਾਬੂ ਕੀਤਾ, ਅਤੇ ਉਹ ਨਾਲ ਪਿੰਡਾਂ 'ਚ ਫਿਰਨਾ, ਲੁੱਟ ਮਾਰ ਕਰਨੀਆਂ ਅਤੇ ਅੱਗਾਂ ਲਾਉਣੀਆਂ ਅਤੇ ਕਈ ਕੁਝ ਕਰਨਾ। ਤਾਰਾ ਸਿੰਘ ਜਿਹੜਾ ਇਹ ਘੋੜੇ ਦੇ ਉੱਤੇ ਕਿਤੇ ਕਿਸੇ ਕਿਤੇ ਆਪਣੇ ਕੰਮ ਗਿਆ ਸੀ, ਅਤੇ ਉਰਲਿਆ ਠੱਠਾ ਪਿੰਡ ਦੇ ਨਾਲ ਉਹਨਾਂ ਜ਼ਿਮੀਂਦਾਰਾਂ ਨੇ ਉਹਨੂੰ ਤਾਰਾ ਸਿੰਘ ਨੂੰ ਡੱਕ ਲਿਆ ਉੱਥੇ, ਵੀ ਸਰਦਾਰ ਜੀ ਅਗਾਂ ਨਹੀਂ ਜਾਣਾ, ਜਸਾ ਪਿਆ ਅੱਗ ਪਿੰਡ। ਉਹਨੇ ਜਿਸ ਵਕਤ ਆ ਕੇ ਤੁਸੀਂ ਜ਼ੋਰ ਜਲਾਈ ਕੀਤੀ, ਉਹਦੇ ਜਿਹੜੇ ਤਾਰਾ ਸਿੰਘ ਦੇ ਜੀ ਸਨ ਘਰ ਦੇ ਵਿੱਚ ਖੂਹੀ ਸੀ, ਬੜੀ ਵੱਡੀ ਬਿਲਡਿੰਗ ਸੀ, ਘਰ ਦੇ ਵਿੱਚ ਖੂਹੀ ਸੀ। ਉਹਨੇ ਇੱਕ ਮਸ਼ੀਨ ਵੀ ਲੁਹਾਰਾਂ ਦੀ ਕੋਲੜੀ ਆ ਸਿਆਲਕੋਟ ਤੋਂ ਲਹਿੰਦਾ, ਲੁਹਾਰਾਂ ਦੀ ਕੋਲੜੀ, ਉੱਥੇ ਇੱਕ ਮਸ਼ੀਨ ਗੰਨ ਵੀ ਉੱਤੋਂ ਲਿਆ ਕੇ ਬੀੜ ਕੇ ਅਤੇ ਰੱਖੀ ਸੀ। ਲੁਹਾਰ ਮੁਸਲਮਾਨ ਸੀ, ਉਹਨੇ ਥੋੜ੍ਹੀ ਜਿਹੀ ਨਕਾਰੀ ਕਰ ਦਿੱਤੀ, ਉਹਦਾ ਕੋਈ ਪੁਰਜਾ ਜਿਹੜਾ ਨਾ ਉਹ ਭੈਣ 'ਚ ਪੁੱਠਾ ਲਾ ਦਿੱਤਾ, ਵੀ ਜੇ ਚੱਲੇ ਤਾਂ ਇਹ ਪੀਹਾਂ ਜਿਹੜੇ ਚਲਾਉਣ ਆ ਇਹ ਹੀ ਮਰਨ। ਉਹ ਮੁਸਲਮਾਨ ਜਿਹਨੇ ਬਣਾਈ। ਅੱਛਾ ਇਹ ਫਿਰ ਜਿਹੜੇ ਇਹਦੇ ਜੀ ਸਨ ਮਗਰ ਘਰ ਔਰਤ ਧੀਆਂ ਪੁੱਤਰ ਪੋਤਰੇ ਉਹ ਖੂਹੀ ਦੇ ਵਿੱਚ ਉੱਤੋਂ ਇਸ ਤਰ੍ਹਾਂ ਜਿਵੇਂ ਕੰਧ ਉੱਤੋਂ ਵਿੱਚ ਛਾਲ ਮਾਰੀ ਜਾ ਤਾਰਾ ਸਿੰਘ ਵੀ ਸਾਨੂੰ ਤਾਂ ਇਹਨਾਂ ਵੱਢ ਛੱਡਣਾ ਅਤੇ ਸਾੜ ਛੱਡਣਾ ਅਤੇ ਮਾਰ ਛੱਡਣਾ ਅਤੇ ਅਸੀਂ ਆਪਣੀ ਮੌਤ ਨਹੀਂ ਮਰਦੇ। ਆਪਣੀ ਇੱਜ਼ਤ ਖਾਤਰ ਉਹ ਵਿਚਾਰੀਆਂ ਉੱਥੇ ਮਰ ਗਈਆਂ, ਸਾਰ ਸਾਰਾ ਟੱਬਰ ਹੀ ਉਹਦਾ ਕਰਦੇ ਘਰ ਦਾ ਟੱਬਰ ਹੀ ਉਹਦਾ ਮਰ ਗਿਆ, ਕੋਈ ਸ਼ੈ ਨਹੀਂ ਹੋਈ ਤਾਰਾ ਸਿੰਘ ਦੇ। ਤਾਰਾ ਸਿੰਘ ਸਿਰਫ ਇਕੱਲਾ ਮੁਖਿਤ ਆਪ ਗਿਆ, ਚੜ੍ਹਦੇ ਪੰਜਾਬੀ ਜਿਹੜਾ ਗਿਆ ਇੱਥੋਂ ਜਿਹੜਾ ਮਤਲਬ ਇੰਡੀਆ ਗਿਆ।